ऑस्ट्रेलिया दी स्टडी ले देरी क्यों उठो ते कॉल करो ESS ग्लोबल नू ते पाओ वीजा समेत पूरी करियर काउंसलिंग दी जानकारी विदेश जाने तुहाडे सपने पूरे करेगी साडी एक्सपर्ट टीम कांटेक्ट ESS ग्लोबल 9988350111 एक बार फिर विशेष प्रोग्राम लैके देश प्रदेश तुहाडी सिदंद विच हाजिर मैं रणवीर सिंधु मेरे नाल ने ESS ग्लोबल तो रोहित सेठी जी जो कि विशेष तौर पर ਗੱਲਾਂ ਬਾਤਾਂ ਕਰਨਗੇ ਆਸਟ੍ਰੇਲੀਆ ਦੇ ਸਟੂਡੈਂਟ ਵੀਜ਼ਾ ਬਾਰੇ ਅੱਜ ਕਾਫੀ ਟੈਕਨੀਕਲੀ ਸੀ ਚੀਜ਼ਾਂ ਜਿਹੜੀਆਂ ਤੁਹਾਡੇ ਨਾਲ ਡਿਸਕਸ ਕਰਨੀਆਂ ਨੇ ਉਹ ਇਹਨੇ ਕਿ ਵਿਦਿਆਰਥੀ ਵੀਜ਼ੇ ਤੋਂ ਪਹਿਲਾਂ ਤਾਂ ਕਨਫਿਊਜ਼ ਹੁੰਦਾ ਹੀ ਹੁੰਦਾ ਉਸ ਤੋਂ ਬਾਅਦ ਤਿੰਨ ਚਾਰ ਚੀਜ਼ਾਂ ਅੱਜ ਦੀ ਡੇਟ ਦੇ ਵਿੱਚ ਵਿਸ਼ੇਸ਼ ਤੌਰ 'ਤੇ ਦਿੱਕਤ ਦੇ ਰਹੀ ਨੇ ਇੱਕ ਤਾਂ ਵਰਕ ਰਾਈਟਸ ਨੂੰ ਲੈ ਕੇ ਵਿਦਿਆਰਥੀ ਨੂੰ ਜਿਹੜੀ ਇੱਕ ਵੀਜ਼ਾ ਮਿਲਦਾ ਉਹਦੇ ਵਿੱਚ ਕੀ ਕੰਡੀਸ਼ਨਸ ਹੁੰਦੀਆਂ ਨੇ ਕਿਹੜੀਆਂ ਸ਼ਰਤਾਂ ਨੇ ਕਿਹੜੀਆਂ ਜ਼ਿੰਮੇਵਾਰੀ ਨੇ ਵਿਦਿਆਰਥੀ ਨੇ ਕਿਹੜੇ ਕਿਹੜੇ ਦਾਇਰੇ ਦੇ ਵਿੱਚ ਰਹਿ ਕੇ ਜਿਹੜਾ ਹੈਗਾ ਕੰਮ ਕਰਨਾ ਕੀ ਉਹਦੇ ਖਾਸ ਤੌਰ 'ਤੇ ਪਹਿਲੂ ਹੁੰਦੇ ਨੇ ਅਗਲਾ ਟੌਪਿਕ ਸਾਡਾ ਜਿਹੜਾ ਵਿਸ਼ੇਸ਼ ਤੌਰ 'ਤੇ ਰਹੇਗਾ ਜਿਵੇਂ ਅਸੀਂ ਐਲੀ ਬਾਰੇ ਬਹੁਤ ਸਾਰੀ ਗੱਲਬਾਤ ਕਰਦੇ ਹਾਂ ਵਰਕ ਰਾਈਟਸ ਦਾ ਜਿਹੜਾ ਡਿਸਕਸ਼ਨਸ ਹੈਗੀ ਹੈ ਪੂਰਨ ਤੌਰ 'ਤੇ ਐਲੀ ਬਾਰੇ ਵੀ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਵੈਬਸਾਈਟ ਕੀ ਕਰੀ ਹੈ ਮਾਰਕੀਟ ਕੀ ਕਰੀ ਹੈ ਵਿਦਿਆਰਥੀ ਕੰਮ ਕਰ ਰਿਹਾ ਜਾਂ ਨਹੀਂ ਕਰ ਪਾ ਰਿਹਾ ਇਹਦੇ ਬਾਰੇ ਵੀ ਚਰਚਾ ਕਰਾਂਗੇ ਰੋਜੀ ਸਵਾਗਤ ਹੈ ਤੁਹਾਡਾ ਥੈਂਕ ਯੂ ਵੈਰੀ ਮਚ ਜੀ ਇਸ ਪ੍ਰੋਗਰਾਮ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ESS ਦੀ ਪੂਰੀ ਟੀਮ ਵੱਲੋਂ ਪਿਆਰ ਪਿਆਰਾ ਸਤਿ ਸ਼੍ਰੀ ਅਕਾਲ ਸ਼ੁਰੂਆਤ ਕਰਦੇ ਹਾਂ ਕਿ ਜਦੋਂ ਵੀਜ਼ਾ ਆ ਜਾਂਦਾ ਹੈ ਕਿਹੜੀਆਂ ਸ਼ਰਤਾਂ ਵੀਜ਼ੇ ਦੇ ਉੱਪਰ ਹੁੰਦੀਆਂ ਨੇ ਦੇਖੋ ਸ਼ਰਤਾਂ ਤੁਹਾਡੀ ਡੇ 1 ਤੋਂ ਸਟਾਰਟ ਹੋ ਜਾਂਦੀਆਂ ਨੇ ਜੀ ਜਿਵੇਂ ਪਿਛਲੇ ਪ੍ਰੋਗਰਾਮ ਵਿੱਚ ਗੁਰਿੰਦਰ ਪਾਜੀ ਨੇ ਆਫਰ ਲੈਟਰ ਤੇ ਉਹਦੇ ਅਸੈਪਟੈਂਸ ਬਾਰੇ ਜਾਣਕਾਰੀ ਦਿੱਤੀ ਸੀਗੀ ਜਿਸ ਵਿੱਚ ਕਿ ਕਾਲਜ ਦੀ ਕੀ ਸ਼ਰਤਾਂ ਨੇ ਜਦ ਇੱਕ ਵਿਦਿਆਰਥੀ ਆਪਣਾ ਅਸੈਪਟੈਂਸ ਤੇ ਸਾਈਨ ਕਰਦਾ ਹੈਗਾ ਕਿ ਉਹਨੂੰ ਰਿਫੰਡ ਪਾਲਿਸੀ ਮਨਜ਼ੂਰ ਹੈ ਕਿ ਉਹ ਕਾਲਜ ਦੀ ਸ਼ਰਤਾਂ ਵਿੱਚ ਰਹਿ ਕੇ ਉੱਥੇ ਪੜ੍ਹਨ ਨੂੰ ਤਿਆਰ ਹੈ ਕਿ ਨਹੀਂ ਹੈ ਤਾਂ ਆਫਰ ਲੈਟਰ ਸਟੇਜ ਤੇ ਹੀ ਤੁਹਾਡੀ ਕੁਝ ਕੰਡੀਸ਼ਨਾਂ ਲਾਗੂ ਹੋ ਜਾਂਦੀਆਂ ਨੇ ਪਹਿਲਾਂ ਆਫਰ ਲੈਟਰ ਜਦ ਬੱਚਾ ਅਸੈਪਟੈਂਸ ਦਿੰਦਾ ਹੈਗਾ ਫਿਰ ਵੀਜ਼ਾ ਕੰਡੀਸ਼ਨ ਆ ਜਾਂਦੀਆਂ ਜੀ ਫਿਰ ਉਸ ਤੋਂ ਬਾਅਦ ਜਦ ਵੀਜ਼ਾ ਮਿਲ ਜਾਂਦਾ ਹੈਗਾ ਤੁਸੀਂ ਜਦ ਆਪਾਂ ਇੱਕ ਵੀਜ਼ਾ ਗ੍ਰਾਂਟ ਲੈਟਰ ਦੇਖਦੇ ਹਾਂ ਉਹਦੇ ਤੇ ਦੇਖੋ 3-4 ਜਾਂ 5 ਸ਼ਰਤਾਂ ਟੋਟਲ ਲਿਖੀਆਂ ਆਉਂਦੀਆਂ ਨੇ ਜਿਹੜੇ ਕਿ ਇੱਕ ਵਿਦਿਆਰਥੀ ਨੂੰ ਸਮਝਣੀਆਂ ਬਹੁਤ ਜ਼ਰੂਰੀ ਨੇ ਨਹੀਂ ਤਾਂ ਪ੍ਰੈਕਟੀਕਲੀ ਉੱਥੇ ਜਾ ਕੇ ਉਹਨੂੰ ਉਸ ਚੀਜ਼ ਦਾ ਪ੍ਰੋਬਲਮ ਹੁੰਦਾ ਹੈਗਾ ਆਪਾਂ ਕਈ ਵਾਰ ਪੁਰਾਣੇ ਪਿਛਲੇ 3-4 ਸਾਲਾਂ ਵਿੱਚ ਦੇਖਿਆ ਬੱਚੇ ਦਾ ਵੀਜ਼ਾ ਕੈਂਸਲ ਹੋ ਜਾਂਦਾ ਹੈ ਬੱਚੇ ਨੂੰ ਪਤਾ ਵੀ ਨਹੀਂ ਲੱਗਦਾ ਕਿਉਂਕਿ ਅਣਜਾਣੇ ਅਣਜਾਣੇ ਉਹ ਆਪਣੀ ਸ਼ਰਤਾਂ ਤੋੜ ਦਿੰਦਾ ਜਿਹਦਾ ਕਿ ਰਿਕਾਰਡ ਅੰਬੈਸੀ ਹੁੰਦਾ ਬੱਚੇ ਕੋਲ ਫਿਜ਼ੀਕਲੀ ਕੋਈ ਰਿਕਾਰਡ ਨਹੀਂ ਹੁੰਦਾ ਤਾਂ ਇਹ ਸ਼ਰਤਾਂ ਬੱਚੇ ਵਾਸਤੇ ਸਮਝਣੀਆਂ ਬਹੁਤ ਜ਼ਿਆਦਾ ਜ਼ਰੂਰੀਆਂ ਨੇ ਜੀ ਜਿਹੜਾ ਰੋਹਿਤ ਤੁਸੀਂ ਗੱਲ ਕੀਤੀ ਹੈ ਵੀਜ਼ੇ ਦੇ ਕੰਡੀਸ਼ਨਸ ਵੱਲ ਆਉਂਗਾ ਉਸ ਤੋਂ ਪਹਿਲਾਂ ਇੱਕ ਚੀਜ਼ ਦੀ ਝਾਤ ਮਾਰ ਲਈਏ ਇੱਕ ਬਾਡੀ ਬਣੀ ਹੋਈ ਹੈ ਜਿਹੜੀ ਚੈੱਕ ਕਰਦੀ ਹੈ ਵਿਦਿਆਰਥੀ ਨੂੰ ਕਿ ਕਾਲਜ ਜਾ ਰਿਹਾ ਵਿਦਿਆਰਥੀ ਨਹੀਂ ਜਾ ਪਾ ਰਿਹਾ ਕਿੰਨੇ ਕੁ ਜਿਹੜੀ ਅਟੈਂਡੈਂਸ ਲੱਗ ਰਹੀ ਹੈ ਉਸ ਦੇ ਆਧਾਰ ਤੇ ਰਿਪੋਰਟ ਜਾਂਦੀ ਹੈ ਹਾਈ ਕਮਿਸ਼ਨ ਨੂੰ ਬਿਲਕੁਲ ਜੀ ਜਦ ਇੱਕ ਬੱਚਾ ਕਾਲਜ ਜਾਂਦਾ ਹੈਗਾ ਵਿਦਿਆਰਥੀ ਜਿਹੜਾ ਵੀ ਇੰਟਰਨੈਸ਼ਨਲ ਸਟੂਡੈਂਟ ਹੈ ਇਹ ਉੱਥੋਂ ਦੀ ਯੂਨੀਵਰਸਿਟੀ ਦੀ ਜ਼ਿੰਮੇਵਾਰੀ ਹੈ ਹਰੇਕ ਬੱਚੇ ਦਾ ਅਪਡੇਟ ਅੰਬੈਸੀ ਨੂੰ ਦਿੰਦੀ ਹੈ ਜੀ ਉਹ ਕਿੰਨਾ ਉਹਦਾ ਅਟੈਂਡੈਂਸ ਲੋ ਹੋ ਗਿਆ ਪਹਿਲੀ ਵਾਰਨਿੰਗ ਲੈਟਰ ਬੱਚਿਆਂ ਨੂੰ ਜਾਂਦੀ ਹੈ ਜੇ ਫਿਰ ਵੀ ਬੱਚਾ ਉਸ ਚੀਜ਼ ਤੇ ਨਹੀਂ ਸੁਧਾਰ ਕਰਦਾ ਤਾਂ ਅਲਟੀਮੇਟਲੀ ਉਹ ਇੱਕ ਚਿੱਠੀ ਅੰਬੈਸੀ ਨੂੰ ਕੱਢ ਦਿੰਦੇ ਨੇ ਵੀ ਅਸੀਂ ਇਹ ਬੱਚੇ ਨੂੰ 2 ਜਾਂ 3 ਵਾਰਨਿੰਗ ਜਿਵੇਂ ਵੀ ਉਸ ਯੂਨੀਵਰਸਿਟੀ ਦਾ ਸਿਸਟਮ ਬਣਿਆ ਦਿੱਤੀ ਹੈਗੀ ਹੈ ਬਾਵਜੂਦ ਉਸਦੇ ਉਹ ਬੱਚਾ ਯੂਨੀਵਰਸਿਟੀ ਨਹੀਂ ਆਉਂਦਾ ਪਿਆ ਤਾਂ ਉਸ ਤੇ ਅਗਲਾ ਐਕਸ਼ਨ ਉੱਥੋਂ ਦੀ ਲੋਕਲ ਜਿਹੜੇ ਆਪਣਾ DIBP ਆਫਿਸ ਹੈਗਾ ਅੰਬੈਸੀ ਦਾ ਉੱਥੇ ਆਸਟ੍ਰੇਲੀਅਨ ਗਵਰਨਮੈਂਟ ਦਾ ਉਹ ਲੈਂਦੀ ਹੈਗੀ ਹੈ ਜੀ ਜੀ ਜਿਵੇਂ ਰੋਹਿਤ ਜੀ ਨੇ ਦੱਸਿਆ ਬਹੁਤ ਸਾਰਾ ਵਿਦਿਆਰਥੀ ਵਰਗੇ ਸੋਚ ਦੇ ਨਾਲ ਵਿਦੇਸ਼ਾਂ 'ਚ ਜਾ ਰਿਹਾ ਖਾਸ ਤੌਰ 'ਤੇ ਆਸਟ੍ਰੇਲੀਆ ਜਾ ਰਿਹਾ ਕਿ ਉੱਥੇ ਜਾ ਕੇ ਕੰਮ ਕਰਾਂਗੇ ਇਹਨਾਂ 'ਚ ਵਰਕ ਰਾਈਟਸ ਨੇ ਠੀਕ ਹੈ ਉਹ ਵੀ ਇੱਕ ਪਹਿਲੂ ਹੈ ਕਿ ਤੁਹਾਨੂੰ ਸਟੱਡੀ ਦੇ ਨਾਲ ਨਾਲ ਜਿਹੜੀ ਕਮਾਈ ਹੈਗੀ ਹੈ ਜ਼ਰੂਰੀ ਹੈ ਕੁਛ ਨਾ ਕੁਛ ਖਰਚਾ ਪਾਣੀ ਤੋਰਨਾ ਬਟ ਸਾਡਾ ਮੇਨ ਮੋਟਿਵ ਉੱਥੇ ਜਾ ਕੇ ਡਾਲਰ ਕਮਾਉਣਾ ਰਹਿ ਜਾਂਦਾ ਹੈ ਇਸੇ ਕਰਕੇ ਅਸੀਂ ਕਾਲਜ ਨਹੀਂ ਵੜਦੇ ਜਿਹੜੀ ਰੋਹਿਤ ਜੀ ਨੇ ਗੱਲ ਕੀਤੀ ਕਿ ਬਿਨਾਂ ਦੱਸੇ ਵੀਜ਼ੇ ਦੀ ਰਿਜੈਕਸ਼ਨਸ ਆਉਂਦੀ ਹੈ ਇਹਦੀ ਤਾਜ਼ਾ ਮਿਸਾਲ ਤੁਹਾਡੇ ਕੋਲ ਆਈ ਹੈ 2006-7-8 ਤੱਕ ਦੇ ਵਿਦਿਆਰਥੀ ਵਾਪਸ ਆਏ ਨੇ ਦੁਬਾਰਾ ਫਿਰ ਕੰਡੀਸ਼ਨਸ ਤੇ ਆਊਂਗਾ ਮੋਟੀਆਂ ਮੋਟੀਆਂ ਕੰਡੀਸ਼ਨਸ ਇੱਕ ਵਾਰੀ ਡਿਸਕਸ ਕਰਨੀ ਚਾਹੂੰਗਾ ਹਾਂਜੀ ਜਦ ਇੱਕ ਵੀਜ਼ਾ ਗ੍ਰਾਂਟ ਆਉਂਦਾ ਜੀ ਉਹਦੇ ਵਿੱਚ ਜਿਹੜੀ ਮੋਟੀ ਮੋਟੀ ਕੰਡੀਸ਼ਨਾਂ ਨੇ ਮੈਂ ਕਲੋਜ਼ ਨੰਬਰ ਨਾਲ ਰੈਫਰ ਕਰਕੇ ਬੋਲਾਂਗਾ ਤਾਂ ਕਿ ਸਮਝਣਾ ਥੋੜਾ ਆਸਾਨ ਹੋ ਜਾਏ ਪਹਿਲਾ ਕਲੋਜ਼ ਹੈਗਾ ਜੀ 8202 8202 ਇਹਦਾ ਮਤਲਬ ਹੈ ਕੰਟੀਨਿਊਇੰਗ ਸਟੱਡੀ ਤੁਹਾਡਾ ਜਿਹੜਾ ਇੱਕ ਸਟੂਡੈਂਟ ਵੀਜ਼ਾ ਹੈਗਾ ਉਹ ਤੁਹਾਡੀ ਸ਼ਰਤਾਂ ਤੇ ਮਿਲਿਆ ਵੀ ਤੁਸੀਂ ਜਾ ਕੇ ਪੜ੍ਹੋਗੇ ਉੱਥੇ ਤਾਂ ਇਹੋ ਜਿਹਾ ਕੋਈ ਵੀ ਪੀਰੀਅਡ ਵਿੱਚ ਨਾ ਆਵੇ ਜਿਸ ਵਿੱਚ ਕਿ ਤੁਸੀਂ ਉੱਥੇ ਪੜ੍ਹਾਈ ਨਹੀਂ ਕਰ ਰਹੇ ਹੋ ਤੇ ਵਿਹਲੇ ਹੋ ਜਿਹਨੂੰ ਆਪਾਂ ਨਾਰਮਲੀ ਡੈਫਰਮੈਂਟ ਦਾ ਨਾਮ ਦੇ ਦਿੰਦੇ ਹਾਂ ਬੱਚਾ ਡੈਫਰ ਹੋ ਗਿਆ ਇਹ ਕਲੋਜ਼ ਇੱਕ ਇਸ ਚੀਜ਼ ਨੂੰ ਮੋਨੀਟਰ ਕਰਦਾ ਐਜ਼ ਪਰ ਦਾ ਲਾਅ ਤੁਹਾਡੀ ਇਹ 3 ਸਾਲ ਦਾ ਵੀਜ਼ਾ ਹੈਗਾ ਜਾਂ 2.5 ਸਾਲ ਦਾ ਵੀਜ਼ਾ ਜਿਹੜੇ ਵੀ ਕੋਰਸ ਲਈ ਜਾਂਦਾ ਵਿਦਿਆਰਥੀ ਇਹ ਪੂਰੇ ਪ੍ਰੋਸੈਸ ਦੇ ਦੌਰਾਨ ਫੁੱਲ ਟਾਈਮ ਕਾਲਜ ਆਵੇ ਇਹ ਇੱਕ ਵੀਜ਼ੇ ਦੀ ਮੇਨ ਕੰਡੀਸ਼ਨ ਹੈਗੀ ਹੈ ਜੀ ਦੂਸਰਾ ਆਪਣਾ ਆ ਜਾਂਦਾ ਸੈਕੰਡ ਇੰਪੋਰਟੈਂਟ 8533 8533 ਇਹਨੂੰ ਕਹਿੰਦੇ ਜੀ ਨੋਟੀਫਾਈ ਐਨੀ ਚੇਂਜ ਆਫ ਐਡਰੈਸ ਹੁਣ ਆਪਾਂ ਜਦ ਉੱਥੇ ਜਾਂਦੇ ਹੈਗੇ ਆ ਏਅਰਪੋਰਟ ਤੇ ਸਾਨੂੰ ਕੋਈ ਲੈਣ ਆਇਆ ਫਰੈਂਡ ਹੈ ਰਿਸ਼ਤੇਦਾਰ ਹੈ ਕੋਈ ਵੀ ਹੈ ਤੁਸੀਂ ਉਹਨਾਂ ਘਰੇ ਜਾਂਦੇ ਹੋ ਕੱਲ ਤੁਸੀਂ ਜਦ ਯੂਨੀਵਰਸਿਟੀ ਜਾਓਗੇ ਐਨਰੋਲਮੈਂਟ ਵਾਸਤੇ ਆਈ ਕਾਰਡ ਬਣਾਉਣ ਵਾਸਤੇ ਤੇ ਤੁਸੀਂ ਉਹ ਐਡਰੈਸ ਨਾਰਮਲੀ ਬੱਚਾ ਉੱਥੇ ਲਿਖਾਉਂਦਾ ਆਹ ਮੇਰਾ ਲੋਕਲ ਐਡਰੈਸ ਹੈ ਜੀ ਬਟ ਜਦ ਹਫਤੇ ਬਾਅਦ 10 ਦਿਨ ਬਾਅਦ ਜਾਂ ਕੁਝ ਮਹੀਨਿਆਂ ਬਾਅਦ ਬੱਚਾ ਉੱਥੋਂ ਚੇਂਜ ਕਰ ਲੈਂਦਾ ਆਪਣੇ ਫਰੈਂਡਸ ਨਾਲ ਚਲੇ ਜਾਂਦਾ ਹੈਗਾ ਜਾਂ ਆਪਣਾ ਘਰ ਲੈ ਕੇ ਰਹਿਣ ਲੱਗ ਪੈਂਦਾ ਤਾਂ ਉਹ ਐਡਰੈਸ ਕਾਲਜ ਨੂੰ ਨੋਟੀਫਾਈ ਨਹੀਂ ਕਰਾਉਂਦਾ ਵੀ ਮੇਰਾ ਆਹ ਨਵਾਂ ਐਡਰੈਸ ਹੈ ਤੇ ਆਹ ਮੇਰਾ ਫੋਨ ਨੰਬਰ ਹੈ ਹੁਣ ਜੇ ਕੋਈ ਪ੍ਰੋਬਲਮ ਆਉਂਦੀ ਹੈ ਬੱਚੇ ਨੂੰ ਕਾਲਜ ਵਿੱਚ
ਕਾਲਜ ਨੇ ਪੁਰਾਣੇ ਐਡਰੈਸ ਤੇ ਚਿੱਠੀਆਂ ਉੱਥੇ ਭੇਜਣੀ ਹੈ, ਬਿਲਕੁਲ ਵਿਦਿਆਰਥੀ ਨੂੰ ਮਿਲਦੀ ਨਹੀਂ। ਤਾਂ ਐਸ ਪਰ ਦਾ ਕਾਲਜ ਰਿਕਾਰਡ ਉਹਨਾਂ ਨੇ ਦੋ ਚਿੱਠੀਆਂ ਆਲਰੇਡੀ ਕੱਢਤੀਆਂ, ਬੱਚਾ ਕਹਿੰਦਾ ਮੈਨੂੰ ਕੋਈ ਚਿੱਠੀ ਨਹੀਂ ਮਿਲੀ ਵੀ ਕੋਈ ਕਮਿਊਨੀਕੇਸ਼ਨ ਨਹੀਂ ਹੋਇਆ। ਤਾਂ ਇਸੇ ਸਿਚੁਏਸ਼ਨ ਨੂੰ ਲੈ ਕੇ ਅੰਬੈਸੀ ਨੇ ਇਹ ਜਿਹੜਾ ਰੈਗੂਲੇਸ਼ਨ ਹੈ ਵਿੱਚ ਦਿੱਤਾ ਵੀਜ਼ੇ ਦੇ ਵੀ ਜਦ ਵੀ ਇੱਕ ਵਿਦਿਆਰਥੀ ਨਵਾਂ ਐਡਰੈਸ ਤੇ ਜਾਂਦਾ, ਨਵਾਂ ਆਪਣਾ ਫੋਨ ਨੰਬਰ ਬਦਲਦਾ, ਇਹ ਉਹਦੀ ਜ਼ਿੰਮੇਵਾਰੀ ਰਹਿ ਜਾਂਦੀ ਹੈ ਕਿ 7 ਦਿਨਾਂ ਦੇ ਅੰਦਰ ਅੰਦਰ 7 ਵਰਕਿੰਗ ਡੇਜ਼ ਦੇ ਅੰਦਰ ਅੰਦਰ ਕਾਲਜ ਤੇ ਕਾਲਜ ਨੂੰ ਆਪਣਾ ਨਵਾਂ ਐਡਰੈਸ ਲਿਖਾਵੇ। ਕਾਲਜ ਫਿਰ ਅੱਗੇ ਅਪਡੇਟ ਕਰਦਾ? ਅਪਡੇਟ ਕਰਦਾ, ਬਿਲਕੁਲ ਜੀ, ਤਾਂ ਕਿ ਕਾਲਜ ਕੋਲ ਹਰੇਕ ਤੁਹਾਡਾ ਐਡਰੈਸ, ਫੋਨ ਨੰਬਰ, ਕੰਟੈਕਟ ਡਿਟੇਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਅਪ ਟੂ ਡੇਟ ਹੋਣਾ ਚਾਹੀਦਾ। ਵਿਦਿਆਰਥੀ ਇਸ ਚੀਜ਼ ਪ੍ਰਤੀ ਮਰਖਲ ਅਵੇਰੇ ਨਹੀਂ ਹੁੰਦੇ? ਬਿਲਕੁਲ ਜੀ, ਕਿਉਂਕਿ ਉਹਨਾਂ ਨੂੰ ਲੱਗਦਾ ਕੋਈ ਕ੍ਰਾਈਟੀਰੀਆ ਹੈ ਨਹੀਂ, ਮੈਂ ਜਿੱਥੇ ਮਰਜ਼ੀ ਰਹਾਂ ਮੇਰੀ ਆਪਣੀ ਆਜ਼ਾਦੀ ਹੈ। ਬਿਲਕੁਲ ਤੁਹਾਡੀ ਆਜ਼ਾਦੀ ਹੈ, ਬਟ ਕਿਤੇ ਨਾ ਕਿਤੇ ਜਿਹੜਾ ਕਾਲਜ ਤੁਹਾਡੇ ਨਾਲ ਸਿੱਧਾ ਸੰਬੰਧ ਰੱਖਦਾ, ਕੱਲ੍ਹ ਤੁਸੀਂ ਪੜ੍ਹਨ ਜਾਣਾ, ਕਾਲਜ ਨੇ ਚਿੱਠੀਆਂ ਕੱਢਣੀਆਂ, ਰਿਜ਼ਲਟ ਕੱਢਣਾ, ਕੋਈ ਵੀ ਇੰਪੋਰਟੈਂਟ ਨੋਟੀਫਿਕੇਸ਼ਨ ਹੈਗਾ, ਉਹਨਾਂ ਕੋਲ ਤੁਹਾਡਾ ਐਡਰੈਸ ਅਪਡੇਟ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਪਹਿਲਾਂ ਜਿਹੜਾ ਮੁੱਦਾ ਉਠਾਇਆ ਸੀ 8202 ਵਾਲਾ, ਹਾਂਜੀ, ਉਹਦੇ ਵਿੱਚ ਪੜ੍ਹਨ ਦੀਆਂ ਜਿਹੜੀਆਂ ਸ਼ਰਤਾਂ ਦਿੱਤੀਆਂ ਸੀਗੀਆਂ, ਡੈਫਰਡ ਦਾ ਤੁਸੀਂ ਮੁੱਦਾ ਉਠਾਇਆ, ਡੈਫਰਡ ਤੋਂ ਕੀ ਪਾਵੇਗਾ, ਡੈਫਰਡ ਲੈ ਹੀ ਨਹੀਂ ਪਾਊਗਾ ਵਿਦਿਆਰਥੀ? ਨਹੀਂ, ਡੈਫਰ ਲੈ ਸਕਦਾ, ਡੈਫਰ ਕਿਸੇ ਵੀ ਜਿਹੜੇ ਡੈਫਰ ਇੱਕ ਆਮ ਵਿਦਿਆਰਥੀ ਬਿਨਾਂ ਕਿਸੇ ਕਾਰਨ ਨਹੀਂ ਲੈ ਸਕਦਾ, ਕੋਈ ਮੈਡੀਕਲ ਰੀਜ਼ਨਸ ਹੈਗੇ ਆ ਜਾਂ ਕਿਸੇ ਕਾਰਨ ਕਾਲਜ ਨਹੀਂ ਜਾ ਪਾ ਰਿਹਾ ਜਾਂ ਉਹਨੂੰ ਇੰਡੀਆ ਆਉਣਾ ਪੈਂਦਾ, ਤਾਂ ਉਹ ਡੈਫਰਮੈਂਟ ਦਾ ਕਲੋਜ਼ ਹੁੰਦਾ ਵੀ ਤੁਸੀਂ ਇੱਕ ਸੈਮੈਸਟਰ ਛੱਡ ਕੇ ਅਗਲੇ ਸੈਮੈਸਟਰ ਜੁਆਇਨ ਕਰੋਗੇ। ਐਗਜ਼ਾਮਪਲ ਜੁਲਾਈ ਛੱਡ ਕੇ ਫਰਵਰੀ ਜਾਂ ਸਪਟੈਂਬਰ ਜਿਹੜਾ ਵੀ ਅਗਲਾ ਸੈਮੈਸਟਰ ਹੈ ਤੁਸੀਂ ਉਸ ਪੀਰੀਅਡ ਨੂੰ ਜੁਆਇਨ ਕਰੋਗੇ। ਕਾਲਜ ਨੂੰ ਪਤਾ ਇਹਨੇ ਇਹ 4 ਜਾਂ 5 ਮਹੀਨੇ ਕਾਲਜ ਨਹੀਂ ਆਉਣਾ, ਉਹਨਾਂ ਨੂੰ ਇਨਫੋਰਮੇਸ਼ਨ ਹੈਗੀ ਹੈ, ਉਹ ਤੁਹਾਨੂੰ ਕੋਈ ਫਾਲਤੂ ਚਿੱਠੀਆਂ ਨਹੀਂ ਕੱਢੂਗਾ ਵੀ ਤੁਸੀਂ ਆਉਂਦੇ ਨਹੀਂ ਪਏ ਹੋ ਜਾਂ ਅਟੈਂਡੈਂਸ ਨਹੀਂ ਤੁਹਾਡੀ ਹੈਗੀ ਇੱਥੇ। ਤਾਂ ਉਹ ਰਿਕਾਰਡ ਕਾਲਜ ਕੋਲ ਅਪਡੇਟ ਹੋਣਾ ਬਹੁਤ ਜ਼ਰੂਰੀ ਹੈ। ਇਹੋ ਜਿਹੇ ਹਾਲਾਤਾਂ ਵਿੱਚ ਬੜੀ ਰਿਕਮੈਂਡਡ ਹੈਗਾ ਹਰੇਕ ਬੱਚੇ ਵਾਸਤੇ ਜੋ ਡੈਫਰ ਲੈ ਕੇ ਇੰਡੀਆ ਆਉਂਦਾ ਪਿਆ ਹੈਗਾ ਜਾਂ ਕਿਸੇ ਕਾਰਨ ਕਾਲਜ ਨਹੀਂ ਜਾ ਪਾਉਂਦਾ, ਉਹਦੇ ਕੋਲ ਕਾਲਜ ਦਾ ਲਿਖਿਆ ਲੈਟਰ ਹੋਵੇ ਵੀ ਸਾਨੂੰ ਪਤਾ ਵੀ ਇਹ ਬੱਚਾ ਡੈਫਰ ਕਰ ਗਿਆ, ਇਹ ਸਮੈਸਟਰ ਨਹੀਂ ਇਹ ਅਗਲੇ ਸਮੈਸਟਰ ਜਾਊਗਾ, ਜਿਹੜੀ ਫੀਸ ਹੈ ਦਿੱਤੀ ਹੋਈ ਹੈ ਤਾਂ ਅਗਲੇ ਸਮੈਸਟਰ ਐਡਜਸਟ ਹੋ ਜੂਗੀ, ਨਹੀਂ ਤਾਂ ਅਗਲੇ ਸਮੈਸਟਰ ਤੋਂ ਪਹਿਲਾਂ ਆਪਣੀ ਪੈਂਡਿੰਗ ਫੀਸ ਜਮ੍ਹਾਂ ਕਰਾਓ। ਇਧਰੋ ਜੀ ਵੀਜ਼ਾ ਐਕਸਟੈਂਡ ਕਿਵੇਂ ਹੁੰਦਾ? ਮੰਨ ਲਓ 2 ਸਾਲ ਦਾ ਜਾਂ 3 ਸਾਲ ਦਾ ਕੋਰਸ ਆਪਾਂ ਲਾ ਲਈਏ, ਵਿਦਿਆਰਥੀ ਨੇ ਇੱਕ ਡੈਫਰਡ ਲੈ ਲਿਆ 6 ਮਹੀਨੇ ਦਾ, ਉਹ 6 ਮਹੀਨੇ ਦਾ ਫਿਰ ਵੀਜ਼ਾ ਐਕਸਟੈਂਡ ਕਿਵੇਂ ਹੁੰਦਾ? ਦੇਖੋ ਇੱਕ ਕਲੋਜ਼ ਹੈਗਾ ਇੱਥੇ, ਬੜਾ ਟੈਕਨੀਕਲ ਜਿਹਾ ਇਸ਼ੂ ਹੈ, ਜਦ ਤੁਸੀਂ 2 ਸਾਲ ਲਾ ਲਏ, ਇੱਕ ਸਮੈਸਟਰ ਡੈਫਰ ਲੈ ਲਿਆ, ਤੁਹਾਡਾ ਤਕਰੀਬਨ 75% ਕੋਰਸ ਪੂਰਾ ਹੋ ਗਿਆ ਜੀ। ਤੁਸੀਂ ਜਿਹੜਾ ਅਖੀਰਲਾ 25% ਕੋਰਸ ਹੈ ਇੱਕ ਸਮੈਸਟਰ ਵਾਸਤੇ ਵੀਜ਼ਾ ਵਧਾਉਣਾ, ਤੁਹਾਨੂੰ ਫੰਡ ਦਿਖਾਉਣ ਦੀ ਕੋਈ ਲੋੜ ਨਹੀਂ, ਪਹਿਲੀ ਚੀਜ਼। ਸੈਕਿੰਡ ਚੀਜ਼, ਪਿਛਲਾ ਰਿਜ਼ਲਟ ਨਾਲ ਲੱਗੂਗਾ, ਪਲੱਸ ਇੱਕ ਕਾਲਜ ਤੋਂ ਲੈਟਰ ਨਾਲ ਲੱਗੂਗੀ ਵੀ ਇਹ ਹਾਲਾਤਾਂ 'ਚ ਇਹਨੇ ਡੈਫਰ ਲਿੱਤਾ ਸੀ ਅਤੇ ਇਹਦਾ ਇੱਕ ਹੋਰ ਸਮੈਸਟਰ ਪਿਆ ਇਹਦੇ ਕੋਲ, ਤਾਂ ਉਹ ਬੱਚਾ ਲੈ ਕੇ ਆਪਣੇ ਉੱਥੇ DIBP ਜਮ੍ਹਾਂ ਕਰਾਉਂਦਾ ਅਤੇ ਉਹ 6 ਤੋਂ 8 ਮਹੀਨੇ ਦਾ ਵੀਜ਼ਾ ਉਹਨੂੰ ਐਕਸਟੈਂਸ਼ਨ ਦੇ ਦਿੰਦੇ ਨੇ। ਇਸ ਵਿੱਚ ਫੰਡ ਦਿਖਾਉਣ ਦੀ ਲੋੜ ਨਹੀਂ ਹੈਗੀ ਜੇ ਤੁਹਾਡਾ ਕੋਰਸ 75% ਤੋਂ ਉੱਤੇ ਕੰਪਲੀਟ ਹੋ ਗਿਆ। ਜੇ 75% ਤੋਂ ਘੱਟ ਹੈ ਫਿਰ ਉਹਨੂੰ ਫੰਡ ਦਿਖਾਉਣ ਦੀ ਲੋੜ ਹੈਗੀ ਹੈ ਜਿੰਨਾ ਉਹਦਾ ਪੀਰੀਅਡ ਬਾਕੀ ਹੈ। ਅੱਛਾ, ਉਹ ਫੰਡ ਸਾਰਾ ਪ੍ਰੋਸੈਸ ਉਧਰ ਹੀ ਹੋਊਗਾ? ਹਾਂਜੀ, ਉਧਰ ਕਰਾ ਸਕਦਾ ਜੀ। ਉਸ ਤੋਂ ਬਾਅਦ 5020 8523 ਹੋ ਗਿਆ। ਹਾਂਜੀ, ਉਸ ਤੋਂ ਬਾਦ ਹੈ ਜੀ 8501। ਇਹ ਨਾਰਮਲੀ ਹੈਲਥ ਇੰਸ਼ੋਰੈਂਸ ਨਾਲ ਹੁੰਦੀ ਹੈ। ਜਦ ਵੀ ਤੁਹਾਡਾ ਆਫਰ ਲੈਟਰ ਆਉਂਦਾ, ਇੱਕ ਉੱਥੇ ਓਵਰਸੀਜ਼ ਹੈਲਥ ਕਵਰ ਕਰਕੇ ਇੱਕ ਲਾਈਨ ਲਿਖੀ ਹੁੰਦੀ ਹੈ, ਇਹ ਨਾਰਮਲੀ ਇੰਸ਼ੋਰੈਂਸ ਹੁੰਦੀ ਹੈ ਜਿਹੜਾ ਕਿ ਆਸਟ੍ਰੇਲੀਆ ਜਿਹੜਾ ਵੀ ਧਰਤੀ ਤੇ ਪੈਰ ਰੱਖਦਾ ਬੰਦਾ, ਚਾਹੇ ਉਹ ਪੱਕਾ PR ਬੇਸ ਤੇ ਜਾਂਦਾ ਜਾਂ ਆਪਣਾ ਸਟੂਡੈਂਟ ਵੀਜ਼ੇ ਤੇ ਜਾਂਦਾ, ਉਹਨੂੰ ਇੰਸ਼ੋਰੈਂਸ ਲੈਣੀ ਮੈਂਡੇਟਰੀ ਹੈ। ਇਹ ਕਾਲਜ ਤੁਹਾਡੀ ਇੰਸ਼ੋਰੈਂਸ ਕਰਾਉਂਦਾ, ਤੁਸੀਂ ਆਪਣੀ ਪਹਿਲੀ ਫੀਸ ਦੇ ਨਾਲ ਆਪਣਾ ਪੂਰਾ ਇੰਸ਼ੋਰੈਂਸ ਕਵਰ, ਚਾਹੇ ਉਹ 2 ਸਾਲਾਂ ਦਾ ਹੈਗਾ ਜਿੰਨਾ ਦੇਰ ਵੀਜ਼ਾ ਹੈਗਾ, ਬਿਲਕੁਲ ਇਹ ਕਾਲਜ ਦੀ ਜ਼ਿੰਮੇਵਾਰੀ ਹੁੰਦੀ ਹੈ, ਤੁਸੀਂ ਪੈਸਾ ਕਾਲਜ ਨੂੰ ਦਿੰਦੇ ਹੋ ਫੀਸ ਦੇ ਨਾਲ ਤਾਂ ਕਿ ਉਹ ਆਪਣਾ ਅੱਗੇ ਟ੍ਰਾਂਸਫਰ ਕਰਾਵੇ ਇੰਸ਼ੋਰੈਂਸ ਬਾਡੀ ਨੂੰ। ਹੁਣ ਇਹ ਇੰਸ਼ੋਰੈਂਸ ਬੱਚੇ ਲਈ ਕਿਉਂ ਜ਼ਰੂਰੀ ਬਣ ਜਾਂਦਾ ਜੀ? ਕਿਉਂਕਿ ਮੈਡੀਕਲ ਸੈਕਟਰ ਆਸਟ੍ਰੇਲੀਆ ਵਿੱਚ ਗਵਰਨਮੈਂਟ ਦੇਖਦੀ ਹੈ ਸਰ, ਠੀਕ ਹੈ, ਸਾਰਾ ਮੈਡੀਕਲ ਸੈਕਟਰ ਉਹ ਦੇਖਦੇ ਨੇ। ਕੱਲ੍ਹ ਰੱਬ ਨਾ ਕਰੇ ਬੱਚਾ ਬਿਮਾਰ ਹੁੰਦਾ, ਡਾਕਟਰ ਦੇ ਜਾਂਦਾ, ਤਾਂ ਉਹਨੂੰ ਉਹ ਡਾਕਟਰ ਦੀ ਫੀਸ ਹੈ ਉਹ ਰੀਇੰਬਰਸ ਹੋ ਜਾਂਦੀ ਹੈ ਇੰਸ਼ੋਰੈਂਸ ਦੇ ਆਫਿਸ ਤੋਂ। ਬੱਚੇ ਨੇ ਬਸ ਸਿਰਫ ਰਸੀਦ ਲੈ ਕੇ ਜਾਣਾ ਤੇ ਉੱਥੇ ਜਾ ਕੇ ਇਹਨੂੰ ਰੀਇੰਬਰਸਮੈਂਟ ਮਿਲ ਜਾਂਦੀ ਹੈ। ਤਾਂ ਇਹ ਇੰਸ਼ੋਰੈਂਸ ਇੱਕ ਇੰਪੋਰਟੈਂਟ ਹਿੱਸਾ ਹੈ, ਕਿਉਂਕਿ ਜੇ ਬੱਚਾ ਕੋਈ ਇੰਸ਼ੋਰਡ ਨਹੀਂ ਹੈ, ਕੱਲ ਉਹ ਹਸਪੀਟਲ ਦੀ ਸੇਵਾ ਲੈਂਦਾ ਹੈਗਾ ਤਾਂ ਉਹ ਸਾਰਾ ਦਾ ਸਾਰਾ ਬਹੁਤ ਸਰਕਾਰ ਤੇ ਆਉਂਦਾ, ਸਰਕਾਰ ਨੂੰ ਪੈਸੇ ਦੇਣੇ ਪੈਂਦੇ ਆ ਬੱਚੇ ਦੇ ਇਲਾਜ ਵਾਸਤੇ। ਤਾਂ ਇੰਸ਼ੋਰੈਂਸ ਬੜਾ ਇੰਪੋਰਟੈਂਟ ਫੈਕਟਰ ਹੈ, ਪੂਰਾ ਡਿਊਰੇਸ਼ਨ ਬੱਚੇ ਦਾ ਕਵਰ ਹੋਣਾ ਚਾਹੀਦਾ ਜਦ ਤੱਕ ਉਹਦਾ ਵੀਜ਼ਾ ਲਾਸ ਕਰਦਾ ਹੈਗਾ। ਸਪੋਜ਼ ਕੇਸਾਂ ਦੇ ਵਿੱਚ ਕੀ ਦੇਖਦੇ ਹੋ ਤੁਸੀਂ, ਦੋਵਾਂ ਦਾ ਇੰਸ਼ੋਰੈਂਸ ਹੋਊਗਾ ਜੇ ਬੇਬੀ ਹੈ ਤਾਂ ਬੇਬੀ ਦੇ ਵੀ ਹੋਊਗਾ? ਬਿਲਕੁਲ ਜੀ, ਇਹਦੇ ਨਾਰਮਲੀ 3 ਇੰਸ਼ੋਰੈਂਸ ਦੇ ਕੈਟਾਗਰੀਜ਼ ਹੁੰਦੇ ਨੇ। ਪਹਿਲਾ ਸਿੰਗਲ, ਜਦ ਇੱਕ ਬੱਚਾ ਇਕੱਲਾ ਜਾਂਦਾ, ਉਸ ਤੋਂ ਬਾਅਦ ਡਿਊਅਲ ਜਾਂ ਹਸਬੈਂਡ ਵਾਈਫ ਜਾਂਦੇ ਨੇ, ਤੇ ਇੱਕ ਫੈਮਿਲੀ ਜਿਸ ਵਿੱਚ ਇੱਕ ਬੱਚਾ ਇਨਕਲੂਡ ਹੋ ਸਕਦਾ ਹੈ ਜੀ। ਤੁਹਾਡਾ ਪ੍ਰੀਮੀਅਮ ਦਾ ਅਮਾਊਂਟ ਵੱਧਦਾ ਰਹੂਗਾ, ਜੇ ਸਿੰਗਲ ਹੈ ਤਾਂ ਉਹਦਾ ਕਾਮਨ ਚੀਜ਼ ਹੈ ਉਹਦਾ ਘੱਟ ਹੋਊਗਾ, ਪਲੱਸ ਡਿਊਅਲ ਦਾ ਥੋੜਾ ਜ਼ਿਆਦਾ ਤੇ ਫੈਮਿਲੀ ਦਾ ਉਸ ਤੋਂ ਜ਼ਿਆਦਾ ਹੋਏਗਾ। ਹਾਂਜੀ ਰੋ ਜੀ, ਜਿਹੜੀ ਇੱਕ ਫੈਕਟਰ ਆ ਜਾਂਦਾ ਕਿ ਬੜੇ ਵਿਦਿਆਰਥੀ ਕਹਿੰਦੇ ਨੇ ਜੀ ਫਲਾਣੇ ਦੋਸਤ ਨੂੰ ਜਿਹੜਾ ਇੰਸ਼ੋਰੈਂਸ ਘੱਟ ਪਿਆ ਮੈਨੂੰ ਜ਼ਿਆਦਾ ਪਿਆ, ਕੋਈ ਕੰਪਨੀਆਂ ਵੀ ਨੇ ਜਾਂ ਕਾਲਜ
ਪ੍ਰੋਬਲਮ ਆ ਜਾਂਦੀ ਹੈ ਤੇ ਕਾਲਜ ਜ਼ਿੰਮੇਵਾਰੀ ਸਾਰੇ ਲੈਂਦਾ ਹੈਗਾ ਓਕੇ ਜੇ ਪ੍ਰਾਈਵੇਟ ਹੋਊਗਾ ਤਾਂ ਰਿਫੰਡ ਦੀ ਦਿੱਕਤ ਰਿਫੰਡ ਦਿੱਕਤ ਆ ਸਕਦੀ ਹੈ ਆਂਦੀ ਨਹੀਂ ਪਰ ਆ ਸਕਦੀ ਹੈ ਉਹ ਬੱਚੇ ਨੂੰ ਆਪ ਹੀ ਮਤਲਬ ਇੱਧਰ ਉੱਧਰ ਹਿੰਮਤ ਮਾਰਨੀ ਪੈਂਦੀ ਹੈ ਇੱਕ ਈਮੇਲ ਉਹਨੂੰ ਲਿਖੋ ਇੱਕ ਈਮੇਲ ਉਹਨੂੰ ਲਿਖੋ ਉਹ ਦੋ ਥਾਂ ਫਾਇਦਾ ਰਹਿੰਦਾ ਜੇ ਇੱਕੋ ਥਾਂ ਪੈਸਾ ਦਿੱਤਾ ਹੋਊਗਾ ਜ਼ਿੰਮੇਵਾਰੀ ਸਿਰਫ ਕਾਲਜ ਦੀ ਹੈ ਉਹਨੂੰ ਪੂਰੀ ਚੀਜ਼ ਨੂੰ ਰਿਫੰਡ ਕਰਾਉਣ ਦੀ ਇਸ ਤੋਂ ਇਲਾਵਾ ਕਿਹੜੀ ਕਿਹੜੀ ਹੋਰ ਸ਼ਰਤ ਇਸ ਤੋਂ ਬਾਅਦ ਆ ਜਾਂਦੀ ਹੈ ਜੀ ਵਰਕ ਲਿਮਿਟੇਸ਼ਨ 8105 ਹੁਣ ਇਹ ਸਾਰਿਆਂ ਨੂੰ ਪਤਾ ਵੀ ਇੱਕ ਸਟੂਡੈਂਟ ਵੀਜ਼ੇ ਉੱਤੇ ਤੁਸੀਂ 40 ਘੰਟੇ ਫੋਰਟਨਾਈਟਲੀ ਕੰਮ ਕਰ ਸਕਦੇ ਹੋ ਹੁਣ ਫੋਰਟਨਾਈਟਲੀ ਦੀ ਡੈਫੀਨੇਸ਼ਨ ਜਿਹੜੀ ਐਜ਼ ਪਰ ਦਾ ਲਾਅ ਹੈਗੀ ਹੈ ਐਜ਼ ਪਰ ਦਾ ਵੈਬਸਾਈਟ ਜਿਹੜੀ ਇਮੀਗ੍ਰੇਸ਼ਨ ਦੀ ਕਹਿੰਦੀ ਹੈ ਉਹ ਕਹਿੰਦੀ 14 ਰਾਤਾਂ ਸਟਾਰਟਿੰਗ ਫਰੋਮ ਮੰਡੇ ਪਹਿਲਾ ਹਫ਼ਤਾ ਮੰਡੇ ਤੇ ਅਗਲਾ ਸੰਡੇ ਜਿਹੜਾ ਦੂਜਾ ਸੰਡੇ ਆਉਂਦਾ ਹੈ ਇਹਨੂੰ 14 ਦਿਨ ਗਿਣੇ ਜਾਂਦੇ ਨੇ ਬਟ ਇਹਦਾ ਵੀ ਅੱਗੇ ਕਨਫਿਊਜ਼ਨ ਹੁੰਦਾ ਜੀ ਬੱਚਾ ਕਹਿੰਦਾ ਚਲੋ ਵਧੀਆ ਮੈਂ 80 ਘੰਟੇ ਕਰ ਲੂੰਗਾ ਜੀ ਆਹ ਮਹੀਨੇ ਵਿੱਚ ਜੇ ਆਪਾਂ 40 ਘੰਟੇ ਲਾ ਕੇ ਚੱਲੀਏ 14 ਦਿਨਾਂ ਦੇ ਹੁਣ ਇਹਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਲੈਂਦੇ ਆਪਾਂ ਵੀਕ 1 ਦੇ ਵਿੱਚ ਪਹਿਲੇ ਹਫ਼ਤੇ ਵਿੱਚ ਬੱਚੇ ਨੇ 15 ਘੰਟੇ ਕੰਮ ਕੀਤਾ ਵੀਕ 2 ਦੇ ਵਿੱਚ ਉਹਨੇ 25 ਘੰਟੇ ਕੰਮ ਕੀਤਾ ਵੀਕ 3 ਉਹਨੇ ਫਿਰ 25 ਘੰਟੇ ਕੰਮ ਕੀਤਾ ਵੀਕ 4 ਉਹਨੇ 10 ਘੰਟੇ ਕੰਮ ਕੀਤਾ ਤੁਸੀਂ ਟੋਟਲ ਕੈਲਕੂਲੇਟ ਕਰੋਗੇ ਇਹ ਤਕਰੀਬਨ ਬਣਦੇ ਨੇ 70 ਜਾਂ 75 ਘੰਟੇ ਹੁਣ ਬੱਚਾ ਕਹਿੰਦਾ ਮੈਂ ਠੀਕ ਹੈ ਜੀ ਮੈਂ ਤਾਂ 80 ਘੰਟੇ ਕਰ ਸਕਦਾ ਸੀ ਮਹੀਨੇ ਵਿੱਚ ਤੇ ਮੇਰੀ ਕੰਡੀਸ਼ਨ ਨਹੀਂ ਕੋਈ ਟੁੱਟੀ ਪਰ ਤੁਸੀਂ ਧਿਆਨ ਨਾਲ ਦੇਖੋ ਵੀਕ 1 ਤੇ ਵੀਕ 2 ਦਾ ਮਤਲਬ ਕੀ ਬਣਦਾ 40 ਘੰਟੇ ਜਿਹੜੇ ਆਪਾਂ ਵੀਕ 15 ਘੰਟੇ 25 ਲਾਏ ਵੀਕ 2 ਤੇ ਵੀਕ 3 ਦਾ ਟੋਟਲ ਕਰੋਗੇ ਉਹ ਬਣ ਜਾਂਦਾ 50 ਘੰਟੇ ਤਾਂ ਫੋਰਟਨਾਈਟ ਜੱਜ ਹੁੰਦੀ ਹੈ ਪਹਿਲੇ ਮੰਡੇ ਤੋਂ ਦੂਸਰੇ ਸੰਡੇ ਤਾਂ ਮਤਲਬ ਵੀਕ 2 ਦਾ ਮੰਡੇ ਚੱਕ ਲਓ ਵੀਕ 3 ਦਾ ਸੰਡੇ ਚੱਕ ਲਓ ਤੁਸੀਂ ਕੰਡੀਸ਼ਨ ਤੋੜਤੀ 50 ਘੰਟੇ ਕੰਮ ਕਰਕੇ ਟੋਟਲ 40 ਘੰਟੇ ਅਲਾਊਡ ਹੈ ਜੀ 50 ਘੰਟੇ ਕੰਮ ਕੀਤੇ ਨੇ ਤਾਂ ਇਹ ਕੰਡੀਸ਼ਨ ਸਮਝਣੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬੱਚਾ ਉਹਨੂੰ ਸਿੱਧਾ ਮਹੀਨਿਆਂ 'ਚ ਕੈਲਕੂਲੇਟ ਕਰਦਾ ਜੀ 80 ਘੰਟੇ ਮਹੀਨੇ ਦੇ ਮੈਂ ਕਰ ਸਕਦਾ ਜਿਵੇਂ ਮਰਜ਼ੀ ਕਰਾਂ ਪਰ ਫੋਰਟਨਾਈਟਲੀ ਜਿਹੜਾ ਤੁਹਾਡਾ ਹੈਗਾ ਉਹਨੂੰ ਕੈਲਕੂਲੇਸ਼ਨ ਲਾਉਣਾ ਬਹੁਤ ਜ਼ਰੂਰੀ ਹੈ ਇਹਨੂੰ ਦੋ ਹਿੱਸਿਆਂ 'ਚ ਵੰਡ ਲਈਏ ਜੇ ਪਹਿਲਾਂ ਗੱਲ ਕਰਦੇ ਹਾਂ ਹਫ਼ਤੇ ਦੇ 20 ਘੰਟੇ ਹਾਂਜੀ ਹਫ਼ਤੇ 'ਚ 20 ਘੰਟੇ ਕਰੀ ਜਾ ਰਿਹਾ ਕੋਈ ਦਿੱਕਤ ਨਹੀਂ ਹੈਗੀ ਕਿਸੇ ਹਫ਼ਤੇ 'ਚੋਂ 25 ਕਰਦਾ ਹਾਂਜੀ ਤੇ ਫਿਰ ਸਮੱਸਿਆ ਨਹੀਂ ਦੋ ਹਫ਼ਤੇ ਨਾਲ ਜੋੜ ਦੋ ਨਾਲ ਨਹੀਂ ਹੋਣਾ ਚਾਹੀਦਾ ਇਹ ਪਹਿਲੇ ਦਾ ਜੋੜ ਤੇ ਲਾਸਟ ਦਾ ਜੋੜ ਆਂਦਾ ਫਿਰ ਕੋਈ ਦਿੱਕਤ ਨਹੀਂ ਇੱਕ ਉਹ ਜਿਹੜੇ ਵਿੱਚ ਆਪਸ ਦੇ ਵਿੱਚ ਕੰਬਾਈਨ ਨੇ ਉਹਨਾਂ ਦੀ ਦਿੱਕਤ ਹੈ ਪਹਿਲਾਂ ਦੂਸਰਾ ਤੀਸਰਾ ਚੌਥਾ ਬਸ ਪਹਿਲੇ ਚੌਥੇ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਠੀਕ ਹੈ ਕਿਉਂਕਿ ਉਹਨਾਂ ਨੇ ਸੋਮਵਾਰ ਤੋਂ ਸ਼ੁਰੂ ਹੋ ਕੇ ਐਤਵਾਰ ਤੱਕ ਜਾਣਾ ਅਗਲੇ ਦੂਜੇ ਐਤਵਾਰ ਤੱਕ ਤਾਂ ਇਸ ਜਿਹੜੇ ਨਾਰਮਲੀ ਕੰਡੀਸ਼ਨ ਜਿਹੜੀ ਪ੍ਰੋਬਲਮ ਵੇਖੀ ਗਈ ਹੈ ਦੂਸਰੇ ਤੀਸਰੇ ਹਫ਼ਤੇ ਆਉਂਦੀ ਹੈ ਵਿਦਿਆਰਥੀ ਜ਼ਿਆਦਾ ਕੰਮ ਕਰਦੇ ਬਿਲਕੁਲ ਜਦੋਂ ਹੁਣ ਇਹਦਾ ਪੈਮਾਨਾ ਕੀ ਹੈ ਕਿ ਕੌਣ ਜੱਜ ਕਰਦਾ ਕਿ ਵਿਦਿਆਰਥੀ ਨੇ ਪਿਛਲੇ ਹਫ਼ਤੇ 15 ਘੰਟੇ ਕੰਮ ਕਰਦਾ ਕੀਤਾ ਸੀ ਅਗਲੇ ਹਫ਼ਤੇ 25 ਕੀਤਾ ਜਦ ਤੁਸੀਂ ਉੱਥੇ ਆਸਟ੍ਰੇਲੀਆ ਜਾਂਦੇ ਹੋ ਤੁਹਾਨੂੰ ਉੱਥੇ ਕੰਮ ਕਰਨ ਲਈ ਮੋਸਟਲੀ ਟੈਕਸ ਫਾਈਲ ਨੰਬਰ ਲੈਣਾ ਪੈਂਦਾ ਜੀ ਆਸਟ੍ਰੇਲੀਅਨ ਟੈਕਸ ਫਾਈਲ ਨੰਬਰ ਇਸ ਵਿੱਚ ਕੀ ਹੈ ਜਿਹੜਾ ਤੁਹਾਡਾ ਇੰਪਲੋਇਰ ਹੈ ਜਿਹੜਾ ਨੌਕਰੀ ਦਿੰਦਾ ਹੈ ਬੱਚੇ ਨੂੰ ਉਹ ਟੈਕਸ ਕੱਟ ਕੇ 15 ਘੰਟੇ ਜਾਂ 10 ਘੰਟੇ ਜੋ ਵੀ ਕੰਮ ਕੀਤਾ ਬੱਚੇ ਦੀ ਸੈਲਰੀ ਉਹਦੇ ਬੈਂਕ 'ਚ ਆਉਂਦੀ ਹੈ ਪਲੱਸ ਉਹਦਾ ਜਿਹੜਾ ਟੈਕਸ ਹੈ ਜਮ੍ਹਾਂ ਕਰਾਉਂਦਾ ਤਾਂ ਉਸ ਟੈਕਸ ਫਾਈਲ ਨੰਬਰ ਰਾਹੀਂ ਬੱਚੇ ਦਾ ਸਾਰਾ ਹਿਸਟਰੀ ਡਿਟੈਕਟ ਹੋ ਜਾਂਦਾ ਉਹਨੇ ਕਿਹੜੇ ਹਫ਼ਤੇ ਕਿੰਨਾ ਘੰਟੇ ਕੰਮ ਕੀਤਾ ਹੈ 15 ਕੀਤਾ 20 ਕੀਤਾ ਉਹਦਾ ਪ੍ਰੋਪਰ ਰਿਕਾਰਡ ਉੱਥੇ ਮੇਨਟੇਨ ਹੁੰਦਾ ਚਾਹੇ ਤੁਸੀਂ ਟੈਕਸੀ ਚਲਾ ਰਹੇ ਹੋ ਚਾਹੇ ਤੁਸੀਂ ਸਿਕਿਉਰਿਟੀ ਕਰਦੇ ਪਏ ਹੋ ਜਿੱਥੇ ਵੀ ਤੁਹਾਡੀ ਸੈਲਰੀ ਕਿਸੇ ਕੰਪਿਊਟਰ ਨਾਲ ਰਿਲੇਟਡ ਹੋ ਜਾਂਦੀ ਹੈ ਫੋਰ ਐਗਜ਼ਾਮਪਲ ਟੈਕਸੀ ਕਈ ਚਲਾਉਂਦੇ ਨੇ ਜੀ ਉੱਥੇ ਜਾ ਕੇ ਉਹਨਾਂ ਨੂੰ ਡਰਾਈਵਰ ਲਾਇਸੈਂਸ ਨੰਬਰ ਲੈਣਾ ਪੈਂਦਾ ਹੈਗਾ ਉਹਨੂੰ DL ਨੰਬਰ ਕਹਿੰਦੇ ਨੇ ਆਈ ਥਿੰਕ ਤੇ ਉਹਦਾ ਜਦ ਤੁਸੀਂ ਕੰਪਿਊਟਰ 'ਚ ਪੰਚ ਇਨ ਕਰਦੇ ਹੋ ਤੁਹਾਡਾ ਰਿਕਾਰਡ ਆ ਜਾਂਦਾ ਤੁਸੀਂ ਕਿੰਨੇ ਘੰਟੇ ਲੌਗਇਨ ਰਹੇ ਹੋ ਆਪਣੇ ਕੰਪਿਊਟਰ ਤੇ ਇਸ DC ਸਰਟੀਫਿਕੇਟ ਡਰਾਈਵਰ ਸਰਟੀਫਿਕੇਟ ਦੇ ਹੇਠਾਂ ਤਾਂ ਇਹ ਕੁਝ ਟੈਕਨੀਕਲ ਪੁਆਇੰਟਸ ਬੱਚਾ ਪਹਿਲਾਂ ਨਹੀਂ ਸਮਝ ਪਾਉਂਦਾ ਪਰ ਜਦ ਉਹ ਪ੍ਰੋਬਲਮ 'ਚ ਆਉਂਦਾ ਤਾਂ ਉਹਨਾਂ ਕੋਲ ਸਾਰੀ ਹਿਸਟਰੀ ਹੁੰਦੀ ਹੈ ਕੰਪਿਊਟਰ ਇਜ਼ ਅ ਪ੍ਰਿੰਟ ਆਊਟ ਜਿਹਨੂੰ ਤੁਸੀਂ ਝੁਟਲਾ ਨਹੀਂ ਸਕਦੇ ਹੋ ਕਿਉਂਕਿ ਉਹ ਫੈਕਟ ਨੇ ਪ੍ਰੂਵਨ ਤਾਂ ਇਹ ਸਾਰਾ ਮੇਨਟੇਨ ਹੁੰਦਾ ਟੈਕਸ ਫਾਈਲ ਨੰਬਰ ਰਾਹੀਂ ਜਾਂ ਤੁਹਾਡੇ ਹੋਰ ਇੰਪਲੋਇਰ ਦੇ ਕਨੈਕਸ਼ਨ ਰਾਹੀਂ ਕੁੱਲ ਮਿਲਾ ਕੇ ਇਹ ਗੱਲ ਹੈ ਕਿ ਜਿਹੜਾ 20 ਘੰਟੇ ਹਫ਼ਤਾ ਜਾਂ ਫੋਰਟਨਾਈਟ ਤੁਹਾਨੂੰ ਜਿਹੜੀ ਇੱਕ ਪ੍ਰੋਵੀਜ਼ਨ ਮਿਲੀ ਹੈ ਤੁਸੀਂ ਕੰਮ ਕਰਨ ਦੀ ਉਹ ਇਹ ਨਹੀਂ ਹੈ ਕਿ ਤੁਸੀਂ ਗੈਰ ਕਾਨੂੰਨੀ ਨਹੀਂ ਕਰ ਸਕਦੇ ਕਾਨੂੰਨੀ ਤੌਰ ਤੇ ਤੁਹਾਨੂੰ ਜਿਹੜੀ ਹੈਗੀ ਉਹਦੀ ਕਰਨਾ ਪੈਣਾ ਰਿਕਾਰਡ ਮੇਨਟੇਨ ਕਰਨਾ ਪੈਣਾ ਬਿਲਕੁਲ ਰਿਕਾਰਡ ਮੇਨਟੇਨ ਤੁਸੀਂ ਨਹੀਂ ਕਰੋਗੇ ਇੰਪਲੋਇਰ ਕਰਦਾ ਜੀ ਕਿਉਂਕਿ ਉਹਨਾਂ ਦਾ ਟੈਕਸ ਦੇਣਾ ਦੇਣਾ ਠੀਕ ਹੈ ਤਾਂ ਉਹ ਤਾਂ ਆਪਣਾ ਪ੍ਰੋਪਰ ਸਿਸਟਮ ਨਾਲ ਚੱਲੇਗਾ ਹੁਣ ਇਹਦਾ ਵੀ ਅੱਗੇ ਇਹਦਾ ਥੋੜਾ ਇਲੈਬੋਰੇਸ਼ਨ ਹੈਗਾ ਜਦ ਤੁਹਾਡਾ ਕੋਰਸ ਚੱਲਦਾ ਪਿਆ ਸੈਸ਼ਨ ਵਿੱਚ ਹੈ ਕੋਰਸ ਤੁਹਾਡਾ ਉਸ ਟਾਈਮ ਤੁਸੀਂ 40 ਘੰਟੇ ਫੋਰਟਨਾਈਟਲੀ ਕੰਮ ਕਰ ਸਕਦੇ ਹੋ ਛੁੱਟੀਆਂ ਵਿੱਚ ਜਿਹੜਾ ਕਿ ਅਕੈਡਮਿਕ ਸੀਜ਼ਨ ਆਫ ਹੈ ਤੁਹਾਡਾ ਸੈਸ਼ਨ ਆਫ ਹੈ ਅਕੈਡਮਿਕ ਉਸ ਟਾਈਮ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ ਫੁੱਲ ਟਾਈਮ ਦੀ ਕੋਈ ਡੈਫੀਨੇਸ਼ਨ ਨਹੀਂ ਹੁੰਦੀ ਤੁਹਾਡੇ ਸਰੀਰ ਹੈ ਤੁਸੀਂ 24 ਘੰਟੇ ਕੰਮ ਕਰ ਸਕਦੇ ਹੋ ਅਦਰਵਾਈਜ਼ 40 ਘੰਟੇ ਤੋਂ ਅਬਵ ਕੰਮ ਨੂੰ ਫੁੱਲ ਟਾਈਮ ਗਿਣਿਆ ਜਾਂਦਾ ਐਜ਼ ਪਰ ਦਾ ਲਾਅ ਤੇ ਤੁਸੀਂ ਛੁੱਟੀਆਂ ਦੌਰਾਨ ਹੁਣ ਛੁੱਟੀਆਂ ਦਾ ਵੀ ਕਈ ਅਲੱਗ ਅਲੱਗ ਡੈਫੀਨੇਸ਼ਨ ਆ ਜਾਂਦਾ ਜੀ ਸ਼ਨੀ ਐਤਵਾਰ ਛੁੱਟੀ ਹੈ ਕਿਵੇਂ ਕੰਮ ਕਰ ਸਕਦਾ ਫੁੱਲ ਟਾਈਮ ਆਨਸਰ ਹੈ ਨਹੀਂ ਜੇ ਤੁਹਾਡਾ ਪੜ੍ਹਾਈ ਇਨ ਸੈਸ਼ਨ ਹੈਗੀ ਹੈ ਕਲਾਸਾਂ ਲੱਗਦੀ ਪਈਆਂ ਨੇ ਮੰਡੇ ਟੂ ਫਰਾਈਡੇ ਤੱਕ ਤੁਸੀਂ ਸ਼ਨੀ ਐਤਵਾਰ ਕੰਮ ਫੁੱਲ ਟਾਈਮ ਨਹੀਂ ਕਰ ਸਕਦੇ ਹੋ ਨਾਰਮਲੀ ਛੁੱਟੀਆਂ ਆਉਂਦੀਆਂ ਨੇ ਸਮੈਸਟਰ ਬ੍ਰੇਕ ਹੋ ਗਈਆਂ ਈਸਟਰ ਬ੍ਰੇਕ ਹੋ ਗਈਆਂ ਜਾਂ ਕ੍ਰਿਸਮਸ ਦੀਆਂ ਛੁੱਟੀਆਂ ਇਹ ਜਿਹੜਾ ਟੋਟਲ ਟਾਈਮ ਤੁਸੀਂ ਐਡ ਕਰਦੇ ਹੋ 2.5 ਤੋਂ 3 ਮਹੀਨੇ ਦਾ ਬਣਦਾ ਇਹ 2.5 ਤੋਂ 3 ਮਹੀਨੇ ਤੁਸੀਂ ਫੁੱਲ ਟਾਈਮ ਕੰਮ ਕਰ
ਜਦ ਸਪਾਊਸ ਡਿਪਲੋਮਾ ਲੀਡਿੰਗ ਡਿਗਰੀ ਦੇ ਨਾਲ ਮੇਨ ਐਪਲੀਕੈਂਟ ਜਾ ਰਿਹਾ ਹੈ, ਨਾਲ ਹਸਬੈਂਡ ਜਾ ਰਿਹਾ ਹੈਗਾ, ਹਸਬੈਂਡ 40 ਘੰਟੇ ਫੋਰਟਨਾਈਟਲੀ ਥਰੂ ਆਊਟ ਦਾ ਈਅਰ ਪੂਰਾ ਸਾਲ, ਬੱਚੇ ਨੂੰ ਛੁੱਟੀਆਂ ਹੈ ਕਿ ਨਹੀਂ ਹੈ ਕੋਈ ਫਰਕ ਨਹੀਂ ਪੈਂਦਾ, ਸਪਾਊਸ 40 ਘੰਟੇ ਫੋਰਟਨਾਈਟਲੀ ਹੀ ਪੂਰਾ ਸਾਲ ਕੰਮ ਕਰੇਗਾ, ਫੁੱਲ ਟਾਈਮ ਨਹੀਂ ਰਹੇਗਾ, ਫੁੱਲ ਟਾਈਮ ਨਹੀਂ ਰਹੇ, ਬਿਲਕੁਲ ਰਾਈਟ ਨਹੀਂ ਮਿਲੇਗਾ, ਮੇਨ ਐਪਲੀਕੈਂਟ ਨੂੰ ਮਿਲੇਗਾ, ਮੇਨ ਐਪਲੀਕੈਂਟ ਨੂੰ ਮਿਲੇਗਾ ਛੁੱਟੀਆਂ ਦੌਰਾਨ। ਇਸੇ ਤਰ੍ਹਾਂ ਜੇ ਉਹ ਜਾਂਦਾ ਹੈਗਾ ਮਾਸਟਰ ਡਿਗਰੀ ਵਿੱਚ ਮੇਨ ਐਪਲੀਕੈਂਟ, ਮੇਨ ਐਪਲੀਕੈਂਟ ਜਦ ਮਾਸਟਰ ਡਿਗਰੀ ਸ਼ੁਰੂ ਕਰੇਗਾ, ਸਪਾਊਸ ਦਾ ਫੁੱਲ ਟਾਈਮ ਵਰਕਿੰਗ ਰਾਈਟ ਉਸੇ ਟਾਈਮ ਸ਼ੁਰੂ ਹੋ ਜਾਂਦੇ ਨੇ। ਓਕੇ, ਜਦੋਂ ਕੋਰਸ ਸ਼ੁਰੂ ਹੋ ਗਿਆ ਮਾਸਟਰਸ ਵਾਲਾ, ਜੇ ਐਲਈ ਪਲੱਸ ਮਾਸਟਰਸ ਹੈ, ਐਲਈ ਵਿੱਚ ਸਪਾਊਸ 40 ਘੰਟੇ ਕੰਮ ਕਰੂਗਾ ਜੀ ਫੋਰਟਨਾਈਟਲੀ, ਮਾਸਟਰਸ ਦੇ ਸਟਾਰਟ ਹੁੰਦਾ ਹੀ ਉਹ ਫੁੱਲ ਟਾਈਮ ਤੇ ਆ ਜਾਊਗਾ ਆਟੋਮੈਟਿਕਲੀ। ਦੋਵਾਂ 'ਚ ਫਰਕ ਹੈ, ਦੋਵਾਂ 'ਚ ਫਰਕ ਹੈਗਾ, ਐਲਈ ਦੇ ਵਿੱਚ ਫੋਰਟਨਾਈਟ, ਫੋਰਟਨਾਈਟ 40 ਆਵਰ ਫੋਰਟਨਾਈਟਲੀ, ਬਿਲਕੁਲ ਜੀ, ਜਦੋਂ ਐਲਈ ਖਤਮ ਹੋ ਗਈ ਮਾਸਟਰਸ ਜਾਂ ਸਿੱਧਾ ਮਾਸਟਰਸ 'ਚ ਹੈ, ਫਿਰ ਉਹ ਜਿਹੜਾ ਹੈਗਾ ਪੂਰੇ ਦਾ ਪੂਰਾ ਕੰਮ ਕਰ ਸਕਦਾ, ਕੰਮ ਕਰ ਸਕਦਾ। ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਵੇਜਸ ਰੇਟ ਜੋ ਉੱਥੇ ਮਿੱਥੇ ਹੋਏ ਨੇ ਉਹੀ ਮਿਲਣਗੇ ਵਿਦਿਆਰਥੀ ਨੂੰ ਜਦੋਂ ਟੈਕਸੇਬਲ ਕੰਮ ਕਰਾਂਗੇ ਸੀ? ਹਾਂ, ਮੋਸਟਲੀ ਉਹੀ ਮਿਲਦੇ ਨੇ, ਕਿਉਂਕਿ ਉੱਥੇ ਜਿਹੜਾ ਮਿਨੀਮਮ ਵੇਜ ਰੇਟ ਹੈ ਬੜੇ ਸਟਰੋਂਗਲੀ ਤਰੀਕੇ ਨਾਲ ਮੋਨੀਟਰ ਹੁੰਦਾ, ਕਿਉਂਕਿ ਉੱਥੇ ਕੰਮ ਹੈਗਾ, ਐਕਸਪਲੋਟੇਸ਼ਨ ਘੱਟ ਹੈਗੀ ਹੈ, ਰੀਜ਼ਨ ਬੀਂਗ ਕਿਉਂਕਿ ਕੰਟਰੀ ਪੂਰਾ ਡਿਵੈਲਪ ਹੈ ਜੀ, ਮੈਲਬਰਨ ਤੋਂ ਲੈ ਕੇ ਤੁਸੀਂ ਪਰਥ ਤੱਕ ਜਾਂਦੇ ਹੋ ਪੂਰਾ ਡਿਵੈਲਪ ਕੰਟਰੀ ਹੈ, ਕੰਪੀਟੀਸ਼ਨ ਕਿੱਥੇ ਆਉਂਦਾ ਕੈਬ ਡਰਾਈਵਿੰਗ ਵਿੱਚ ਜਾਂ ਸਿਕਿਉਰਿਟੀ ਵਾਲੇ ਕੰਮਾਂ ਵਿੱਚ ਜਿੱਥੇ ਫਰਮ ਥੋੜ੍ਹੀਆਂ ਲਿਮਿਟਡ ਨੇ ਪਰ ਓਪਰਚੁਨਿਟੀਆਂ ਐਕਸਪੀਰੀਅੰਸ ਵਾਲੇ ਨੂੰ ਜ਼ਿਆਦਾ ਦਿੱਤੀ ਜਾਂਦੀਆਂ ਨੇ, ਤਾਂ ਬੱਚਾ ਬੇਸਿਕ ਤੋਂ ਸ਼ੁਰੂ ਜਦ ਹੁੰਦਾ ਹੈ ਜਾਂ ਨਵਾਂ ਨਵਾਂ ਜਾਂਦਾ ਹੈਗਾ, ਕੋਈ ਵੀ ਕੰਮ ਮਿਲੇ ਸਟਾਰਟਿੰਗ ਉਹਦੀ ਜਿਹੜਾ ਮਿਨੀਮਮ ਵੇਜ ਰੇਟ ਹੈ ਉੱਥੋਂ ਤਾਂ ਹੋਣੀ ਹੋਣੀ ਹੈ, ਠੀਕ ਹੈ, ਉਸ ਤੋਂ ਉੱਪਰ ਉਹਦਾ ਐਕਸਪੀਰੀਅੰਸ ਕਾਊਂਟ ਆਨ ਕਰਦਾ, ਉਹ ਸੈਲਰੀ ਕਿਵੇਂ ਵੱਧਦੀ ਹੈ, ਓਵਰ ਟਾਈਮ ਲਾਉਂਦਾ ਹੈ ਜਾਂ ਛੁੱਟੀਆਂ 'ਚ ਫੋਰ ਐਗਜ਼ਾਮਪਲ ਕ੍ਰਿਸਮਸ ਹੋਲੀਡੇ ਹੈ, ਪਬਲਿਕ ਹੋਲੀਡੇ ਵਾਲੇ ਦਿਨ ਕੰਮ ਕਰਦਾ ਹੈ, ਤਾਂ ਉਹ ਐਜ਼ ਪਰ ਆਸਟ੍ਰੇਲੀਅਨ ਗਵਰਨਮੈਂਟ ਉਸ ਹਿਸਾਬ ਨਾਲ ਵੇਜਸ ਸੈੱਟ ਹੁੰਦੇ ਨੇ ਸਾਰੇ ਜੀ। ਇਸ ਤੋਂ ਇਲਾਵਾ ਕੋਈ ਹੋਰ ਕੰਡੀਸ਼ਨ? ਹਾਂਜੀ, ਇਸ ਤੋਂ ਇਲਾਵਾ ਹੈ ਜੀ ਇੱਕ 8516 ਜਿਹੜਾ ਹੈ ਮੇਨਟੇਨ ਐਲੀਜੀਬਿਲਿਟੀ। ਹੁਣ ਤੁਹਾਡਾ ਜਿਹੜਾ ਇੱਕ ਸਟੂਡੈਂਟ ਵੀਜ਼ਾ ਹੈਗਾ ਤੁਹਾਡੀ ਪੜ੍ਹਾਈ ਦੇ ਤੌਰ ਤੇ ਮਿਲਿਆ, ਤੇ ਜਦ ਤੁਸੀਂ ਕਾਲਜ ਜਾਂਦੇ ਹੋ ਵਾਪਸ ਆਉਣਾ, ਜਦ ਤੁਸੀਂ ਕਾਲਜ ਜਾਂਦੇ ਹੋ ਪੜ੍ਹਾਈ ਸ਼ੁਰੂ ਕਰਦੇ ਹੋ ਤੁਸੀਂ ਪਾਸ ਹੁੰਦੇ ਰਹਿਣਾ, ਇਹ ਹੈ ਐਲੀਜੀਬਿਲਿਟੀ ਵਾਲਾ, ਕਿਉਂਕਿ ਤੁਹਾਨੂੰ ਵੀਜ਼ਾ ਮਿਲਿਆ ਇੱਕ ਪਰਟੀਕੁਲਰ ਕੋਰਸ ਦੇ ਉੱਤੇ ਇੱਕ ਪਰਟੀਕੁਲਰ ਯੂਨੀਵਰਸਿਟੀ ਵਾਸਤੇ। ਹੁਣ ਜਦ ਬੱਚਾ ਇਹ ਮੇਨਟੇਨ ਐਲੀਜੀਬਿਲਿਟੀ 4 ਸਬਜੈਕਟ ਪੜ੍ਹਦਾ ਇੱਕ ਸਮੈਸਟਰ ਵਿੱਚ, ਜੇ ਉਹ 4 ਚੋਂ ਇੱਕ 'ਚ ਫੇਲ ਹੋ ਜਾਂਦਾ, 2 'ਚ ਫੇਲ ਹੋ ਜਾਂਦਾ, ਕਾਲਜ ਉਹਨੂੰ ਵਾਪਸ ਆਪਸ਼ਨ ਦਿੰਦਾ ਹੈਗਾ ਵਾਪਸ ਕਰਨ ਦੀ, ਪਰ ਉਹ ਫਿਰ ਵੀ ਰਹਿ ਜਾਂਦਾ ਤੇ ਉਹਦੀ ਐਲੀਜੀਬਿਲਿਟੀ ਖਤਮ ਹੋ ਜਾਂਦੀ ਹੈ। ਫਿਰ ਐਲੀਜੀਬਿਲਟੀ ਪੜ੍ਹਾਈ ਦੀ ਇੱਕ ਇੰਜੀਨੀਅਰਿੰਗ ਕਰਨ ਗਿਆ ਬੱਚਾ ਜੀ, ਉਹ 4 ਸਬਜੈਕਟ ਹੈ, 4 ਚੋਂ 2 'ਚ ਰਹਿ ਜਾਂਦਾ, ਕਾਲਜ ਦੂਜੀ ਆਪਸ਼ਨ ਦੇ ਦੂਗਾ ਵੀ ਹਾਂਜੀ ਇੱਕ ਵਾਰ ਹੋਰ ਪੇਪਰ ਦੇ ਦਿਓ, ਜਿਵੇਂ ਆਪਣੇ ਇੰਡੀਆ ਵਿੱਚ ਵੀ ਹੁੰਦਾ ਹੈਗਾ। ਪਰ ਦੂਜੀ ਵਾਰ ਵੀ ਜੇ ਬੱਚਾ ਰਹਿ ਜਾਂਦਾ, ਨੋਰਮਲੀ ਕਾਲਜ ਉਹਨੂੰ ਆਪਸ਼ਨ ਦਿੰਦਾ ਵੀ ਕਾਕਾ ਜੀ ਇਹ ਕੋਰਸ ਤੁਹਾਡੇ ਵਾਸਤੇ ਨਹੀਂ ਹੈਗਾ, ਔਖਾ ਲੱਗ ਰਿਹਾ ਤੁਹਾਨੂੰ, ਤੁਸੀਂ ਇਹ ਤਾਂ ਕੋਰਸ ਬਦਲ ਲਵੋ ਜਾਂ ਯੂਨੀਵਰਸਿਟੀ ਬਦਲ ਲਵੋ, ਬਿਕੋਜ਼ ਅਲਟੀਮੇਟਲੀ ਯੂਨੀਵਰਸਿਟੀ ਦਾ ਜਿਹੜਾ ਰਿਜ਼ਲਟ ਹੈ ਮੈਟਰ ਕਰਦਾ ਹੈਗਾ ਓਵਰਆਲ ਸਾਲ ਤੋਂ ਬਾਅਦ। ਤਾਂ ਇਹੋ ਜਿਹੇ ਬੱਚੇ ਦੀ ਆਹ ਕਲੋਜ਼ ਟੁੱਟਦਾ ਮੇਨਟੇਨ ਐਲੀਜੀਬਿਲਟੀ ਵਾਲਾ, ਜੇ ਉਹ ਕੋਰਸ ਨਹੀਂ ਬਦਲਦਾ ਜਾਂ ਕਾਲਜ ਨਹੀਂ ਬਦਲਦਾ। ਇਹਨਾਂ ਹਾਲਾਤਾਂ 'ਚ ਰਹੋ ਜੀ, ਮੰਨ ਲਓ ਐਗਜ਼ਾਮਪਲ ਆਪਾਂ ਲੈਂਦੇ ਕਿ ਵਿਦਿਆਰਥੀ ਨੇ ਕਾਲਜ ਚੇਂਜ ਕਰ ਲਿਆ ਜਾਂ ਕੋਰਸ ਚੇਂਜ ਕਰ ਲਿਆ, ਯੂਨੀਵਰਸਿਟੀ ਚੇਂਜ ਕਰ ਲਈ, 6 ਮਹੀਨੇ ਪੁਰਾਣੇ ਖੂਹ ਖਾਤੇ ਪੈ ਗਏ ਉਹਦੇ, ਬਿਲਕੁਲ ਜੀ, ਹੁਣ ਫਿਰ ਦੁਬਾਰਾ ਵੀਜ਼ਾ ਉਹੀ ਪ੍ਰੋਸੈਸ ਹੈ ਜਿਹੜਾ ਪਹਿਲਾਂ ਤੁਸੀਂ ਗੱਲ ਕੀਤੀ ਸੀ ਕਿ ਵੀਜ਼ਾ ਲੈਣਾ ਪਊਗਾ, ਹੁਣ ਫੰਡ ਵੀ ਦਿਖਾਣੇ ਪੈਣੇ? ਫੰਡ ਦਿਖਾਣੇ ਪੈਣਗੇ, ਇਹਨੂੰ ਐਸੇ ਹਾਲਾਤਾਂ ਵਿੱਚ ਬੱਚੇ ਨੂੰ ਰਿਲੀਜ਼ ਲੈਟਰ ਚਾਹੀਦਾ ਪਿਛਲੇ ਕਾਲਜ ਤੋਂ ਜੀ, ਨਵੇਂ ਲੈਟਰ ਤੋਂ ਐਨਰੋਲਮੈਂਟ ਲੈਟਰ ਚਾਹੀਦਾ, ਇਹ ਦੋਨੋਂ ਕੰਡੀਸ਼ਨ ਇੰਪੋਰਟੈਂਟ ਨੇ, ਇਸ ਤੋਂ ਬਾਅਦ ਤੁਹਾਡਾ ਵੀਜ਼ਾ ਦੁਬਾਰਾ ਐਕਸਚੇਂਜ ਜਾਂ ਚੇਂਜ ਹੁੰਦਾ ਹੈ। ਪੁਰਾਣੀ ਫੀਸ ਨਹੀਂ ਮਿਲੇਗੀ? ਨਹੀਂ ਜੀ, ਕਿਉਂਕਿ ਉਹ ਬੱਚੇ ਨੇ ਪੜ੍ਹ ਲਿਆ, ਉਹ ਫੇਲ ਹੋ ਗਿਆ, ਕਾਲਜ ਨੇ ਤਾਂ ਆਪਣਾ ਅਕੈਡਮਿਕ ਪੂਰਾ ਕਰਤਾ, ਠੀਕ ਹੈ ਨਾ, ਤੇ ਹੁਣ ਬੱਚਾ ਫੇਲ ਹੋ ਗਿਆ, ਉਹਦੀ ਫੀਸ ਵਾਪਸੀ ਬਿਲਕੁਲ ਨਹੀਂ ਹੈ। ਇੰਡੀਆ ਵਿੱਚ ਵੀ ਇਹੀ ਹੁੰਦਾ, ਤੁਸੀਂ ਸਾਲ ਲਾਉਂਦੇ ਹੋ, ਫੇਲ ਹੋ ਜਾਂਦੇ ਹੋ, ਕਾਲਜ ਫੀਸ ਨਹੀਂ ਵਾਪਸ ਦਿੰਦਾ, ਤੁਸੀਂ ਦੁਬਾਰਾ ਫੀਸ ਭਰਾ ਕੇ ਉਸੇ ਸਾਲ ਦੀ ਦੁਬਾਰਾ ਤਿਆਰੀ ਕਰਦੇ ਹੋ। ਇਹਦਾ ਇਫੈਕਟ ਕੀ ਦੇਖ ਰਹੇ ਹੋ? ਜਿਹੜਾ ਵਿਦਿਆਰਥੀ ਹੁਣ ਸਿਰਫ ਇੱਕ ਵੀਜ਼ੇ ਨੂੰ ਹਥਿਆਰ ਬਣਾ ਕੇ ਜਾ ਰਿਹਾ ਕਿ ਵੀਜ਼ਾ ਲੱਗ ਗਿਆ ਜੀ, ਹੁਣ ਸਭ ਬੇੜੇ ਪਾਰ ਨੇ, ਹੁਣ ਉੱਥੇ ਪਹੁੰਚ ਕੇ ਸਭ ਕੁਝ ਕਰ ਲਾਂਗੇ, ਜਿਹੜੀਆਂ ਆਪਾਂ ਕਲੋਜ਼ ਅੱਜ 1x1 ਡਿਸਕਸ ਕਰ ਰਹੇ ਜੀ 8506 ਸਭ ਤੋਂ ਖਤਰਨਾਕ ਕਲੋਜ਼ ਹੈ ਕਿ ਵਿਦਿਆਰਥੀ ਪਾਸ ਨਹੀਂ ਹੋ ਪਾਊਗਾ, ਅਲਟੀਮੇਟਲੀ ਇਹ ਹੈ ਕਿ ਉਹ ਵਾਪਸ ਆਊਗਾ ਫਿਰ। ਨਹੀਂ ਦੇਖੋ, ਉਹਦਾ ਅਗੇਨ ਵਾਪਸ ਆ ਜਾਂਦਾ ਪਹਿਲੇ ਪੁਆਇੰਟ ਤੇ। ਹੁਣ ਸਾਡੇ ਕੋਲ ਕਈ ਵਿਦਿਆਰਥੀ ਆਉਂਦੇ ਨੇ, 5.5 ਬੈਂਡ ਓਵਰਆਲ ਹੈ, 3 ਸਾਲ ਦਾ ਡਿਪਲੋਮਾ ਕੀਤਾ 10+3 ਇੰਜੀਨੀਅਰਿੰਗ ਦਾ, ਉਹ ਕਹਿੰਦੇ ਸਰ ਅਸੀਂ ਕਰਨੀ ਇੰਜੀਨੀਅਰਿੰਗ ਹੈ, 1 'ਚ 4.5 ਹੈ, 1 'ਚ 5 ਹੈ, ਓਵਰਆਲ 5.5 ਬੈਂਡ ਬਣ ਜਾਂਦੇ ਨੇ। ਹੁਣ ਇਹੋ ਜਿਹਾ ਬੱਚਾ ਆਪਣੇ ਗਿਰਬਾਨ ਝਾਕ ਕੇ ਦੇਖੇ ਕਿ ਉਹ ਇੰਡੀਆ ਵਿੱਚ ਕਿਹੋ ਜਿਹੇ ਇੰਜੀਨੀਅਰਿੰਗ ਕਾਲਜ ਐਡਮਿਸ਼ਨ ਲੈ ਪਾਊਗਾ, ਕਿਉਂਕਿ ਉਹਨੂੰ ਟੋਪ ਕਾਲਜ ਤਾਂ ਵਧੀਆ ਮਿਲਣਾ ਨਹੀਂ ਹੈਗਾ, ਕੰਪਰੋਮਾਈਜ਼ ਕਰੂਗਾ ਕਾਲਜ ਦੀ ਸਟੱਡੀ ਦੇ ਨਾਲ ਜਾਂ ਕੋਈ ਸਸਤਾ ਕਾਲਜ ਜਾਂ ਕੋਈ ਪ੍ਰਾਈਵੇਟ ਯੂਨੀਵਰਸਿਟੀ, ਉਹ ਨਾਮ ਦਾ ਇੰਜੀਨੀਅਰ ਬਣ ਜਾਊਗਾ ਪਰ ਕੀ ਉਹਨੂੰ ਉਹ ਕੁਆਲਿਟੀ ਮਿਲੂਗੀ? ਤਾਂ ਅਗੇਨ ਇਹਦਾ ਮੇਨ ਆ ਜਾਂਦਾ ਕੋਰਸ ਸਿਲੈਕਸ਼ਨ ਉੱਤੇ ਜੀ, ਤੁਸੀਂ ਕਿਹੜਾ ਕੋਰਸ ਕਰਨਾ ਚਾਹੁੰਦੇ ਹੋ। ਕਿ ਹੁਣ ਇਹ ਕਿਤੇ ਨੇ ਲਿਖਿਆ ਤੁਸੀਂ 10+3 ਕਰਕੇ ਲਾਈਨ ਨਹੀਂ ਬਦਲ ਸਕਦੇ ਹੋ, 10+3 ਕਰਕੇ ਸੇਮ ਫੀਲਡ ਵੀ ਜਾ ਸਕਦੇ ਹੋ ਜੇ ਤੁਹਾਡੇ ਕੋਲ ਕੈਲੇਬਰ ਹੈਗਾ, ਅੰਡਰਸਟੈਂਡਿੰਗ ਹੈਗੀ ਹੈ ਤੇ ਅਫੋਰਡੈਂਸ ਫੈਕਟਰ ਹੈਗਾ। ਇੰਜੀਨੀਅਰਿੰਗ ਨਾਰਮਲੀ ਮਹਿੰਗੀ ਮੰਨੀ ਜਾਂਦੀ ਹੈ ਬਾਕੀ ਕੋਰਸਿਸ ਦੇ ਨਾਲੋਂ,
ਪਲੱਸ ਜਿਹੜਾ ਤੁਹਾਡਾ ਅਫੋਰਡੈਂਸ ਫੈਕਟਰ ਨਾ ਆਵੇ ਵੀ ਮੈਂ ਦੁਬਾਰਾ ਅਗਲੀ ਫੀਸ ਨਹੀਂ ਦੇ ਪਾਉਂਦਾ ਕੁਛ ਹੈ ਜਾਂ ਨਹੀਂ ਹੈਗਾ ਸਾਰਾ ਕੁਛ ਹੁਣ ਸੈਕਿੰਡ ਚੀਜ਼ ਜਿਹੜਾ ਮੇਨਟੇਨ ਐਲੀਜੀਬਿਲਿਟੀ ਵਾਲਾ ਫੈਕਟਰ ਹੈ ਇਹਦੇ ਵਿੱਚ ਫਾਈਨੈਂਸ਼ੀਅਲ ਕੰਡੀਸ਼ਨ ਵੀ ਆ ਜਾਂਦੀ ਹੈ ਜਦ ਇੱਕ ਬੱਚਾ ਵੀਜ਼ਾ ਫਾਰਮ ਸਾਈਨ ਕਰਦਾ 157A ਉਹ ਬੱਚਾ ਸਾਈਨ ਕਰਦਾ ਸ਼ਰਤਾਂ ਨੂੰ ਮੈਂ ਡਿਕਲੇਅਰ ਕਰਦਾ ਮੇਰੇ ਕੋਲ ਪੈਸੇ ਹੈਗੇ ਆ ਪੜ੍ਹਾਈ ਅਫੋਰਡ ਕਰਨ ਨੂੰ ਮੈਂ ਡਿਕਲੇਅਰ ਕਰਦਾ ਮੈਂ ਉਸ ਕਾਨੂੰਨ ਦੇ ਹੇਠਾਂ ਰਹੂੰਗਾ ਜਿਹੜਾ ਕਿ ਆਸਟ੍ਰੇਲੀਆ ਵਾਲਿਆਂ ਨੇ ਵਿਛਾਇਆ ਹੋਇਆ ਹੈਗਾ ਮੈਂ ਡਿਕਲੇਅਰ ਕਰਾਂਗਾ ਮੈਂ ਯੂਨੀਵਰਸਿਟੀ ਜਾਵਾਂਗਾ ਮਤਲਬ ਉਹ ਇੱਕ ਡਿਕਲੇਰੇਸ਼ਨ ਦਿੰਦਾ ਆਪਣੇ ਵੱਲੋਂ ਵੀ ਇਹ ਸਾਰੀ ਸ਼ਰਤਾਂ ਮੈਨੂੰ ਮਨਜ਼ੂਰ ਹੈ ਵੀਜ਼ਾ ਫਾਰਮ ਉੱਤੇ ਹੁਣ ਕੱਲ ਤੁਸੀਂ ਯੂਨੀਵਰਸਿਟੀ ਜਾਂਦੇ ਹੋ ਵੀ ਕਹਿੰਦੇ ਹੋ ਜੀ ਮੈਂ ਤਾਂ ਪੜ੍ਹਾਈ ਅਫੋਰਡ ਨਹੀਂ ਕਰ ਸਕਦਾ ਮਹਿੰਗੀ ਹੈ ਤਾਂ ਤੁਸੀਂ ਇਹ ਕੰਡੀਸ਼ਨ ਤੋੜ ਰਹੇ ਹੋ ਮੇਨਟੇਨ ਐਲੀਜੀਬਿਲਿਟੀ ਵਾਲੀ ਕਿਉਂਕਿ ਤੁਸੀਂ ਵੀਜ਼ਾ ਫਾਰਮ ਵਿੱਚ ਡਿਕਲੇਅਰ ਕੀਤਾ ਮੇਰੇ ਕੋਲ ਸਾਰਾ ਪ੍ਰਾਪਤ ਪੈਸੇ ਹੈਗੇ ਆ ਪੂਰੀ 3 ਸਾਲ ਦੀ ਜਾਂ 4 ਸਾਲ ਦੀ ਪੜ੍ਹਾਈ ਕਰਨ ਨੂੰ ਤਾਂ ਇਹ ਰੀਜ਼ਨ ਤੁਸੀਂ ਕਾਲਜ ਜਾਂ ਯੂਨੀਵਰਸਿਟੀ ਜਾਂ ਦਿੰਦੇ ਹੈਗੇ ਹੋ ਕਾਲਜ ਚੇਂਜ ਕਰਨ ਵਾਸਤੇ ਨੋਰਮਲੀ ਬੱਚਾ ਦਿੰਦਾ ਇਹ ਮਮਤਾ ਜੀ ਗਾਈਡ ਨਹੀਂ ਕੀਤਾ ਗਿਆ ਇੰਨਾ ਮਹਿੰਗਾ ਇਹੋ ਜਿਹੀ ਕੋਰਸ ਇਹ ਹੈ ਫੈਕਟਰ ਆਪਣੇ ਲਾ ਕੇ ਦੱਸਦਾ ਤਾਂ ਤੁਸੀਂ ਬਹੁਤ ਵੱਡੀ ਕੰਡੀਸ਼ਨ ਤੋੜਦੇ ਪਏ ਹੋ ਆਪਣੇ ਵੀਜ਼ਾ ਦੀ ਚੰਗੇ ਚਾਂਸ ਆ ਵੀਜ਼ਾ ਕੈਂਸਲ ਹੋਊਗਾ ਉਹ ਮੋਹਿਤ ਹੀ ਆ ਰਿਹਾ ਸੀ ਮੈਂ ਕਿ ਜਿਹੜੀਆਂ ਕੰਡੀਸ਼ਨਸ ਨੇ ਜਿੰਨੀਆਂ ਵੀ ਆਪਾਂ 3, 4, 5, 5 ਵੀ ਆਪਾਂ ਡਿਸਕਸ ਕਰ ਰਹੇ ਹਾਂ ਇਹਨਾਂ ਚ ਕੋਈ ਵਿਦਿਆਰਥੀ ਕਿਸੇ ਵੀ ਤਰ੍ਹਾਂ ਦੀ ਕੰਡੀਸ਼ਨਸ ਤੋੜਦਾ ਤੇ ਤੁਸੀਂ ਦੱਸਿਆ ਕਿ ਐਕਸਕਿਊਜ਼ ਲੈਂਦਾ ਆਪਣੇ ਆਪ ਨੂੰ ਫੈਕਟਰ ਦੱਸਦਾ ਉਹਨੂੰ ਜਿਹੜੀ ਹੈਗੀ ਉਹਦੀ ਰਿਆਇਤ ਨਹੀਂ ਮਿਲਦੀ ਕੰਡੀਸ਼ਨ ਤੋੜਨ ਦੀ ਹਾਲਤ ਦੇ ਵਿੱਚ ਕੀ ਚਾਂਸ ਬਣਦੇ ਨੇ ਕਿ ਵੀਜ਼ਾ ਰਿਜੈਕਟ ਹੋਊਗਾ ਰਿਜੈਕਟ ਕੈਂਸਲ ਜਾਂ ਇੱਕ ਹੋਰ ਓਪਰਚੁਨਿਟੀ 3 ਚੀਜ਼ਾਂ ਬਣਦੀਆਂ ਨੇ ਜੀ ਇੱਕ ਹੋਰ ਓਪਰਚੁਨਿਟੀ ਉਦੋਂ ਮਿਲਦੀ ਹੈ ਜਦ ਗਵਰਨਮੈਂਟ ਨੂੰ ਲੱਗੇ ਜਾਂ ਅੰਬੈਸੀ ਨੂੰ ਲੱਗੇ ਵੀ ਹਾਂਜੀ ਵੈਲਿਡ ਰੀਜ਼ਨ ਹੈ 3 ਵਰਡ ਬੋਲਾਂਗਾ MRT ਪੂਰੇ ਪੰਜਾਬ ਨੂੰ ਪਤਾ ਹੋਊਗਾ ਕੀ ਹੈ ਕਿਉਂਕਿ 2008-09 ਜਿਹੜੇ ਵਿਦਿਆਰਥੀ ਗਏ ਸੀਗੇ ਐਕਸਟੈਂਸ਼ਨ ਨਹੀਂ ਹੋਇਆ ਉਹਨਾਂ ਨੇ MRT ਚ ਕੇਸ ਲਾਏ ਇਹ ਇੱਕ ਤਰ੍ਹਾਂ ਦੀ ਅਪੀਲ ਹੁੰਦੀ ਹੈ ਡਿਸੀਜਨ ਦੇ ਖਿਲਾਫ ਹੁਣ ਜਦ ਇਹੋ ਜਿਹਾ ਬੱਚਾ ਰਿਜੈਕਟ ਹੋ ਜਾਂਦਾ ਕਿਸੇ ਕਾਰਨਾਂ ਲਈ ਵੀ ਮੇਰੇ ਕੋਲ ਪੈਸੇ ਨਹੀਂ ਹੈਗੇ ਉਹਦਾ ਵੀਜ਼ਾ ਕੈਂਸਲ ਹੋ ਜਾਂਦਾ ਉਹ ਨੋਰਮਲੀ ਅੱਗੇ MRT ਪਾਉਂਦਾ ਪਰ MRT ਅੰਦਰੋਂ ਪਤਾ ਸਾਰਿਆਂ ਵਿਦਿਆਰਥੀਆਂ ਨੂੰ ਜਿਨ੍ਹਾਂ ਨੇ ਪਾਈ ਹੈ ਜਾਂ ਜਿਹੜੇ ਸੋਚਦੇ ਨੇ ਉਹਦਾ ਨਤੀਜਾ ਕੀ ਆਉਂਦਾ ਸਿਰਫ ਟਾਈਮ ਬੋਰੋ ਹੁੰਦਾ ਟਾਈਮ ਮੈਨੂੰ ਮਿਲ ਜੂ ਕੰਮ ਕਰਨ ਨੂੰ ਹੋਰ ਨਹੀਂ ਕੁਛ ਉਹਦਾ ਪੋਜ਼ਿਟਿਵ ਨਤੀਜਾ ਬਹੁਤ ਘੱਟ ਕੇਸਾਂ ਵਿੱਚ ਆਉਂਦਾ ਜਿਸ ਵਿੱਚ ਤੁਹਾਡੇ ਕੋਲ ਵੈਲਿਡ ਰੀਜ਼ਨ ਹੋਵੇ ਹੁਣ MRT ਜਾਂਦੇ ਹੋ ਸਿਰਫ ਟਾਈਮ ਮਿਲੂਗਾ ਤੇ ਤੁਹਾਡਾ ਵੈਲਿਡ ਰੀਜ਼ਨ ਤਾਂ ਹੈ ਹੀ ਨਹੀਂ ਤੁਹਾਡੇ ਕੋਲ ਜਿਹੜਾ ਬੇਸ ਸਟਰੋਂਗ ਹੈ ਕਿਉਂਕਿ ਤੁਸੀਂ ਵੀਜ਼ਾ ਕੰਡੀਸ਼ਨਾਂ ਤੋੜਦੇ ਹੋ ਤਾਂ ਮੋਸਟਲੀ ਦੇਖਿਆ ਗਿਆ ਇਹਦਾ ਜਿਹੜਾ ਕਾਰਨ ਰਿਜ਼ਲਟ ਨਿਕਲਦਾ ਉਹ ਰਿਜੈਕਸ਼ਨ ਦਾ ਹੀ ਨਿਕਲਦਾ ਜਾਂ ਵੀਜ਼ਾ ਕੈਂਸਲੇਸ਼ਨ ਦਾ ਨਿਕਲਦਾ ਬਹੁਤ ਇਹਨਾਂ ਚ ਕੀ ਫਰਕ ਹੈ ਰਿਜੈਕਟ ਤੇ ਕੈਂਸਲੇਸ਼ਨ ਚ ਵੀਜ਼ਾ ਕੈਂਸਲ ਰਿਜੈਕਸ਼ਨ ਵਿੱਚ ਕੀ ਹੁੰਦਾ ਉਹਨੂੰ 28 ਦਾ ਟਾਈਮ ਮਿਲਦਾ ਹੈਗਾ ਕੈਂਸਲੇਸ਼ਨ ਵਿੱਚ ਉਹਨੂੰ ਨਾਲ ਦੀ ਨਾਲ ਵਿਦਿਨ 7-10 ਡੇਜ਼ ਕੰਟਰੀ ਛੱਡਣਾ ਪੈਂਦਾ ਉੱਥੋਂ ਵਾਪਸ ਆਉਣਾ ਪਊਗਾ ਹਾਂਜੀ ਕੋਈ ਹੋਰ ਸ਼ਰਤ ਹੋਰ ਬੇਸਿਕਲੀ ਕਈ ਕੇਸਿਸ ਵਿੱਚ ਫੈਮਿਲੀ ਜਾਂਦੀ ਹੈ ਜੀ ਨਾਲ ਹਸਬੈਂਡ ਵਾਈਫ ਤੇ ਬੇਬੀ ਜਾਂਦਾ ਨਾਲ ਉੱਥੇ ਕੰਡੀਸ਼ਨ ਆਉਂਦੀ ਹੈ 8517 ਡਿਪੈਂਡੈਂਟ ਐਜੂਕੇਸ਼ਨ ਉਸ ਕੇਸ ਵਿੱਚ ਬੜਾ ਛੋਟਾ ਬੇਬੀ ਹੈਗਾ 5 ਸਾਲ ਤੋਂ ਉੱਤੇ ਉਹਦੀ ਪੜ੍ਹਾਈ ਦੀ ਸਾਰੀ ਜ਼ਿੰਮੇਵਾਰੀ ਉਹਦੇ ਪੇਰੈਂਟਸ ਦੀ ਰਹਿੰਦੀ ਹੈ ਮਾਂ ਪਿਓ ਦੀ ਰਹਿੰਦੀ ਹੈ ਇੱਕ ਕੰਡੀਸ਼ਨ ਹੁੰਦੀ ਹੈ ਐਡਮਿਸ਼ਨ ਕਰਾਉਣੀ ਹੈ ਐਡਮਿਸ਼ਨ ਕਰਾਉਣੀ ਹੈ ਪੜਾਉਣਾ ਸਾਰਾ ਕੁਝ ਹੈਗਾ ਇੱਕ ਕੰਡੀਸ਼ਨ ਇਹ ਨਹੀਂ ਹੈ ਕਿ 6-7 ਸਾਲ ਪੜਾ ਲਾਂਗੇ ਨਾ ਇਹ ਜਨ ਬਿਲਕੁਲ ਵੀ ਨਹੀਂ ਤੇ ਇਹ ਕੰਡੀਸ਼ਨ ਹੁੰਦੀ ਹੈ ਆਪਣੇ ਉਹਨਾਂ ਦੇ ਜਿਹੜਾ ਮੇਨ ਐਪਲੀਕੈਂਟ ਪੜਨ ਜਾਂਦਾ ਪਿਆ ਉਹਦੇ ਪਾਸਪੋਰਟ ਉੱਤੇ ਜਾਂ ਉਹਦੇ ਵੀਜ਼ਾ ਉੱਪਰ ਲੱਗਦੀ ਹੈ ਵੀ ਇਹ ਕੰਡੀਸ਼ਨਾਂ ਮੀਟ ਹੋਣੀ ਚਾਹੀਦੀ ਹੈ ਕੱਲ ਤੁਸੀਂ ਆਪਣੇ ਬੱਚੇ ਨੂੰ ਨਹੀਂ ਪੜਾਉਂਦੇ ਹੋ ਉੱਥੇ ਤੇ ਅੰਬੈਸੀ ਨੂੰ ਪਤਾ ਲੱਗ ਜਾਂਦਾ ਤੁਸੀਂ ਫਿਰ ਇੱਕ ਕੰਡੀਸ਼ਨ ਤੋੜਤੀ ਹੈ ਉਹਦੇ ਤੇ ਵੀ ਸਵਾਲ ਖੜੇ ਹੋ ਸਕਦੇ ਆ ਤੁਹਾਡੇ ਵੀਜ਼ੇ ਨੂੰ ਲੈ ਕੇ ਪੂਰੇ ਦੇ ਪੂਰੇ ਜੀ ਬਹੁਤ ਅੱਛਾ ਸ਼ੋਅ ਸੀਗਾ ਐਪਰੀਸ਼ੀਏਟ ਫਾਰ ਨੋਲੇਜਸ ਜਿਹੜੀ ਇਕੱਠੀ ਕਰਕੇ ਅੱਜ ਰੋਹਿਤ ਜੀ ਲੈ ਗਏ ਸੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਚੱਲਦੇ ਚੱਲਦੇ ਜ਼ਰੂਰ ਪੁੱਛਣੀ ਚਾਹੁੰਗਾ ਕੋਈ ਖਾਸ ਪੁਆਇੰਟ ਰਹਿ ਗਿਆ ਹੋਵੇ ਡਿਸਕਸ ਕਰਨ ਦਾ ਬਸ ਇਹੀ ਹੈ ਜੀ ਜਦ ਤੁਹਾਡਾ ਆਪਾਂ ਸਟੂਡੈਂਟ ਵੀਜ਼ਾ ਮਿਲ ਜਾਂਦਾ ਹੈਗਾ ਬਹੁਤ ਖੁਸ਼ ਹੁੰਦੇ ਆ ਵੀ ਚਲੋ ਨਵੀਂ ਜ਼ਿੰਦਗੀ ਸ਼ੁਰੂ ਕਰਨ ਲੱਗੇ ਆ ਪਰ ਇਹਨੂੰ ਇਸ ਤਰ੍ਹਾਂ ਵੇਖਿਆ ਜਾਵੇ ਇਹ ਪਹਿਲਾ ਕਦਮ ਹੈ ਤੁਹਾਡੀ ਸਕਸੈਸ ਦੀ ਪੌੜੀ ਵਾਸਤੇ ਜਾਂ ਫੇਲੀਅਰ ਦੀ ਪੌੜੀ ਵਾਸਤੇ ਇਹ ਤੁਹਾਡੀ ਆਪਸ਼ਨ ਹੈ ਤੁਸੀਂ ਉਹਨੂੰ ਸਕਸੈਸ ਦਾ ਮੰਤਰਾ ਦੇਣਾ ਚਾਹੁੰਦੇ ਹੋ ਜਾਂ ਫੇਲੀਅਰ ਦਾ ਆਪਣੇ ਵੀਜ਼ੇ ਨੂੰ ਅੰਡਰਸਟੈਂਡ ਕਰੋ ਉਹਦੀ ਸ਼ਰਤਾਂ ਨੂੰ ਮੰਨੋ ਪੂਰਾ ਟਾਈਮ ਚੰਗੀ ਤਰ੍ਹਾਂ ਕੱਢੋ ਤੇ ਅੱਗੇ ਆਉਣ ਵਾਲਾ ਸਾਰੀ ਲਾਈਫ ਤੁਹਾਡੀ ਸੌਖੀ ਨਿਕਲ ਜਾਂਦੀ ਹੈ ਥੈਂਕ ਯੂ ਮੇਰੇ ਬੱਚੇ ਅੱਜ ਦਾ ਸ਼ੋਅ ਇੱਥੇ ਖਤਮ ਕਰ ਰਹੇ ਹਾਂ ਪਰ ਇਸ ਵਾਅਦੇ ਦੇ ਨਾਲ ਕਿ ਜਿੰਨੀ ਵੀ ਅਸੀਂ ਡਿਸਕਸ਼ਨ ਕੀਤੀ ਹੈ ਕੋਈ ਸਵਾਲ ਜੋ ਆਪ ਸਮਝ ਨਹੀਂ ਆਇਆ ਚਰਚਾ ਦਾ ਵਿਸ਼ਾ ਜਿਹੜਾ ਹੈਗਾ ਸੀ ਬਣਾਇਆ ਸੀਗਾ ਕਿਸੇ ਵੀ ਤਰ੍ਹਾਂ ਦਾ ਕੋਈ ਵਾਧੂ ਸਵਾਲ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਵਧੇਰੇ ਜਾਣਕਾਰੀ ਲਈ ਜਿਹੜੇ ਵੀ ਨੰਬਰ ਇਸ ਵਕਤ ESS ਗਲੋਬਲ ਦੇ ਫਲੈਸ਼ ਕੀਤੇ ਜਾ ਰਹੇ ਨੇ ਉਹਨਾਂ ਦੇ ਉੱਪਰ ਕੰਟੈਕਟ ਕਰਕੇ ਤੁਸੀਂ ਆਸਟ੍ਰੇਲੀਆ ਦੇ ਅੱਜ ਦੀਆਂ ਜਿਹੜੀਆਂ ਕੰਡੀਸ਼ਨਸ ਅਸੀਂ ਐਲੈਬੋਰੇਟ ਕੀਤੀਆਂ ਨੇ ਉਹਨਾਂ ਸੰਬੰਧੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆ ਰਹੀ ਹੈ ਤਾਂ ESS ਗਲੋਬਲ ਦੀ ਟੀਮ ਦੇ ਨਾਲ ਸਾਂਝੇ ਰੂਪ ਦੇ ਵਿੱਚ ਕਿਸੇ ਵੀ ਦਫ਼ਤਰ ਦੇ ਨਾਲ ਜੁੜਿਆ ਜਾ ਸਕਦਾ ਸ਼ੋਅ ਖਤਮ ਕਰ ਰਿਹਾ ਪਰ ਇਸ ਵਾਅਦੇ ਦੇ ਨਾਲ ਕਿ ਅਗਲੇ ਸ਼ੋਅ ਦੇ ਵਿੱਚ ਵੀ ਬਹੁਤ ਸਾਰੀਆਂ ਟੈਕਨੀਕਲ ਗੱਲਾਂ ਲੈ ਕੇ ਮੇਰੇ ਨਾਲ ਰੋਹਿਤ ਸੈਟੀ ਇਸ ਮੰਚ ਤੇ ਇੱਕ ਵਾਰੀ ਫਿਰ ਹੋਣਗੇ ਤੇ ਮੈਂ ਰਣਵੀਰ ਸਿੰਧੂ ਤੁਹਾਡੀ ਖਿਦਮਤ ਦੇ ਵਿੱਚ ਦੇਸ਼ ਪ੍ਰਦੇਸ਼ ਲੈ ਕੇ ਇੱਕ ਵਾਰੀ ਫਿਰ ਹਾਜ਼ਰ ਹੋਊਂਗਾ ਧੰਨਵਾਦ ਸਤਿ ਸ਼੍ਰੀ ਅਕਾਲ ਆਸਟ੍ਰੇਲੀਆ ਦੀ ਸਟੱਡੀ ਲਈ ਦੇਰੀ ਕਿਉਂ ਉੱਠੋ ਤੇ ਕਾਲ ਕਰੋ ESS ਗਲੋਬਲ ਨੂੰ ਤੇ ਪਾਓ ਵੀਜ਼ਾ ਸਮੇਤ ਪੂਰੀ ਕੈਰੀਅਰ ਕਾਉਂਸਲਿੰਗ ਦੀ ਜਾਣਕਾਰੀ ਵਿਦੇਸ਼ ਜਾਣ ਦੇ ਤੁਹਾਡੇ ਸੁਪਨੇ ਪੂਰੇ ਕਰੇਗੀ ਸਾਡੀ ਐਕਸਪਰਟ ਟੀਮ ਕੰਟੈਕਟ ESS ਗਲੋਬਲ